ਨੇਕ ਕਰਦੇ ਆ ਪਿੱਠ ਪਿੱਛੇ ਵਾਰ ਮਿੱਤਰਾਂ ਨੂੰ ਸਭ ਖਬਰਾਂ ਆਓ ਕਿੰਨੇ ਦੁਸ਼ਮਣ ਕਿੰਨੇ ਸਾਡੇ ਯਾਰ ਭਾਈ ਮਿੱਤਰਾਂ ਨੂੰ ਆਓ ਸਭ ਖਬਰ ਨੰਬਰ ਲਾਸਟ ਆ ਵੀ ਫੈਸਲੇ ਅਧੂਰੇ ਜੇ ਜੇ ਖਿਡਾਰੀ ਸਮਾਂ ਸਾਂਭਣ ਲੱਗ ਜਾਣ ਤੇ ਖੇਡ ਵਰਗੀ ਵਧੀਆ ਵਧੀਆ ਡਿਪਟੀ ਦੱਸ ਦੇ ਮੇਰੇ ਸਕੋਰ ਓ ਬੱਲੇ ਲਵਦੀਪ ਵੀਰਿਆ ਵਿਆ ਓ ਲਵਦੀਪ ਪਿੰਦਰ ਖੰਜਰਾਲ ਵਧੀਆ ਵਧੀਆ ਪਿੰਦਰ ਦੀਪ ਸਿੰਘ ਸਪੋਰਟਸ ਕਲੱਬ ਦੀ ਟੀਮ ਦੇ ਆ ਨਿੱਕੇ ਨੇ ਆਪਣੇ ਪਿੰਡ ਦੀ ਬਹੁਤ ਤਗੜਾ ਮੈਚ ਲਾਇਆ ਉਹ ਸਿਰਾ ਓ ਨਿੱਕਿਆ 12-15 ਨਿੱਕਿਆ ਤਗੜਾ 12-15 ਨੰਬਰ ਚੱਲ ਪਿਆ ਕੰਮ ਤੇ ਜੇ ਗੱਲਾਂ ਦੀ ਸਾਰੀ ਟੀਮ ਲੈ ਕੀਤੀ ਸੋਨਾਂ ਨਾਲ ਸੱਤ ਅਗਲੇ ਸਾਲ ਕੋਮਲਾ ਉਧਰ ਕਹਿੰਦੇ ਸੈਂਟਰ ਚ ਲੰਬਾ ਖੜਾ ਫਰੋਸ਼ਾ ਵਾਲਾ ਉਹ ਕਹਿੰਦੇ ਵੱਡੀ ਖੇਡ ਦਾ ਮਾਲਕ ਹੈ ਤੇ ਨਾਲ ਚੰਦਵਾਜਾ ਪਿੰਡ ਹੈ ਕਿੱਦੇ ਦਾ ਔਰ ਨਾਲ ਚੁੱਕਿਆ ਨਾ ਕਹਿੰਦੇ ਸੇਵਾ ਸੱਦਿਆ ਵੱਡੀ ਟੀਮ ਹੈ ਪਰ ਭੱਟੀਆਂ ਵਾਲੇ ਕਹਿੰਦੇ ਨਵੇਂ ਪੁੰਡਿਆਂ ਨੇ ਵਕਤ ਪਾਇਆ ਪਿਆ ਉਹ ਨਵੇਂ ਕਹਿੰਦੇ ਮੁੰਡਿਆਂ ਨੇ ਹੈਲੋ ਨਾਲੀ ਅੰਦਰ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਸ਼ਹੀਦ ਭਗਤ ਸਿੰਘ ਯੂਥ ਕਲੱਬ ਵਾਲੇ ਸਾਡੇ ਭਰਾ ਮਨਪ੍ਰੀਤ ਪੰਜਾਬ ਪੁਲਿਸ ਜੰਟਾ ਦਿਓਲ ਪ੍ਰਧਾਨ ਨਾਲ ਮਨਪ੍ਰੀਤ ਗਿੱਲ ਰਿੰਕਾ ਫੌਜੀ ਔਰ ਘੈਂਟ ਗਿੱਲ ਕਿਸਾਨ ਯੂਨੀਅਨ ਮੈਂਬਰ ਨਾਲ ਗੁਰਮੇਲ ਸਿੰਘ ਜੀ ਪੰਚ ਪਵਿੱਤਰ ਕਬੱਡੀ ਖਿਡਾਰੀ ਤੇ ਬਾਈ ਜਗਦੀਪ ਬਰਾੜ ਇਹਨਾਂ ਭਰਾਵਾਂ ਦੇ ਵੱਲੋਂ ਗਿੱਲ ਦੀ ਸਾਰੀ ਵਾਲੀਬਾਲ ਦੀ ਟੀਮ ਦਾ ਸਨਮਾਨ ਜਿਹੜਾ 6-6 ਫੁੱਟ ਦੇ ਕੱਪਾਂ ਨਾਲ ਕੀਤਾ ਜਾਊਗਾ ਆਉਂਦੇ ਸਾਲ ਜਦੋਂ ਉਸ ਧਰਤੀ ਤੇ ਮੇਲਾ ਹੋਇਆ ਤੇ ਜਿਹੜਾ ਸਾਰੀ ਟੀਮ ਦਾ ਸਨਮਾਨ 6-6 ਫੁੱਟ ਦੇ ਕੱਪਾਂ ਦੇ ਨਾਲ ਕੀਤਾ ਜਾਣਾ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਮਨਪ੍ਰੀਤ ਪੰਜਾਬ ਪੁਲਿਸ ਨਾਲ ਜੰਟਾ ਦਿਓਲ ਪ੍ਰਧਾਨ ਜੀ ਸਾਡੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵਾਲੇ ਵੀਰ ਨਾਲ ਮਨਪ੍ਰੀਤ ਗਿੱਲ ਰਿੰਕਾ ਫੌਜੀ ਘੈਂਟ ਗਿੱਲ ਕਿਸਾਨ ਯੂਨੀਅਨ ਮੈਂਬਰ ਗੁਰਮੇਲ ਸਿੰਘ ਜੀ ਪੰਚ ਪਵਿੱਤਰ ਕਬੱਡੀ ਖਿਡਾਰੀ ਦੇ ਜਗਦੀਪ ਬਰਾੜ ਇਹਨਾਂ ਵੀਰਾਂ ਦੇ ਵੱਲੋਂ ਸਾਰੀ ਟੀਮ ਦੇ ਮਾਣ ਸਨਮਾਨ ਜਿਹੜੇ 6-6 ਫੁੱਟ ਦੇ ਕੱਪਾਂ ਦੇ ਨਾਲ ਕੀਤੇ ਜਾਣਗੇ ਲਓ ਮੈਚ ਇਧਰਲੇ ਪਾਸੇ ਵੀ ਬਹੁਤ ਵਧੀਆ ਸ਼ੁਰੂ ਹੋ ਚੁੱਕਿਆ ਹੈ ਇੱਕ ਪਾਸੇ ਭੱਟੀਆਂ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੀ ਟੀਮ ਜਿਹੜੀ ਆਈ ਹੋਈ ਆਪਣੇ ਕੋਲ ਭਰਾ ਸਾਡੇ ਦਿਲਰਾਜ ਬੱਲ ਹੋਣੀ ਨਾਲ ਰਾਜਵਿੰਦਰ ਬੱਲ ਸੁਖਮਨ ਯੂਕੇ ਵਰਗੇ ਉਹ ਕਹਿੰਦੇ ਲਵਪ੍ਰੀਤ ਹੋਣੀ ਵੱਡਾ ਮਾਣ ਕਰਦੇ ਮੁੰਡਿਆਂ ਦੀ ਖੇਡ ਦਾ ਔਰ ਦੂਜੇ ਪਾਸੇ ਫਰੈਂਡਸ ਕਲੱਬ USA ਆਸਟ੍ਰੇਲੀਆ ਦੀ ਟੀਮ ਕਹਿੰਦੇ ਖੇਡਦੀ ਹੈ ਔਰ ਕਹਿੰਦੇ ਵੱਡੇ ਭਰਾਵਾਂ ਦੀਆਂ ਵੱਡੇ ਆਪਾਂ ਕਹਿ ਰਹੇ ਵੀ ਸਪੋਰਟਾਂ ਨੇ ਔਰ ਇਧਰਲੇ ਪਾਸੇ ਵੀ ਮੈਚ ਬਹੁਤ ਵਧੀਆ ਹੈ ਇੱਕ ਪਾਸੇ ਕਾਲੀ ਵਾਲਾ ਗੁਰੀ ਤੇ ਦੂਜੇ ਪਾਸੇ ਜੰਡ ਵਾਲਾ ਗੁਰਪਿਆਰ ਦੀ ਟੀਮ ਖੇਡਦੀ ਹੈ ਬਹੁਤ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਵੀ ਮੁੜ ਤੋਂ ਮੁੜਕੀ ਹੋ ਗਿਆ ਲੱਗਿਆ ਜ਼ੋਰ ਚੋਬਰਾਂ ਦਾ ਤੇ ਕੱਡਾ ਵੀ ਨੀ ਚੁੱਭਦਾ ਜਿਸਮ ਕਠੋਰ ਚੋਬਰਾਂ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਔਰ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਲਓ ਕਹਿੰਦੇ ਮਰਦਾਂ ਦੀ ਖੇਡ ਹੈ ਦਲੇਰਾਂ ਦੀ ਖੇਡ ਹੈ ਇਧਰ 2 ਨੰਬਰ ਗਰਾਊਂਡ 'ਚ
ਜਿਹੜੀ ਟੀਮ ਖੇਡ ਰਹੀ ਇੱਕੋ ਜਿਹੀਆਂ ਜਰਸੀਆਂ ਪਾ ਕੇ, ਇਹ ਕਹਿੰਦੇ ਮੁੰਡੇ ਆ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਭੱਟੀਆਂ ਪਿੰਡ, ਕਹਿੰਦੇ ਮੁੱਲਾਪੁਰ ਦੀ ਬੁੱਕਲ ਦੇ ਵਿੱਚ ਪੈਂਦਾ। ਤੇ ਦੂਜੇ ਪਾਸੇ ਫੁੱਟਬਾਲ ਵਾਲੀ ਸਾਈਡ ਮੁੰਡੇ ਖੇਡਦੇ, ਫਰੋਸ਼ਾਂ ਦੀ ਟੀਮ ਹੈ, ਸੈਂਟਰ ਚ ਲੱਭਾ ਖੇਡਦਾ ਹਰ ਚੰਦ ਬਾਜੇ ਪਿੰਡ ਦਾ, ਕਹਿੰਦੇ ਕਿੱਦਾਂ ਜਿਹਨੇ ਹੁਣ ਪੁਆਇੰਟ ਜੋੜ ਦਿੱਤਾ ਆਪਣੀ ਟੀਮ ਦੇ ਲਈ। ਨਾਲ ਰੂਪਾ ਇੱਕ ਪਾਸੇ ਚੁੱਗਿਆਂ ਲਾ, ਕਹਿੰਦੇ ਸੇਮਾ, ਤੇ ਨਾਲ ਪੰਟੂਆ ਨਿੱਟ ਤੇ ਕਰਮ ਖੇਡਦਾ, ਉਹ ਕਹਿੰਦੇ ਲੱਭੇ ਦੀ ਗੱਲਬਾਤ ਵੱਖਰੀ ਹੈ। ਤੇ ਇੱਧਰ ਭੱਟੀਆਂ ਵਾਲਾ ਕੋਮਲ ਮੁੰਡਾ ਗਰੇਵਾਲ ਪਰਿਵਾਰ ਦਾ ਸੈਂਟਰ ਦੇ ਵਿੱਚ, ਨਾਲ ਸਿੰਮੀ ਮੋਟਾ, ਇੱਥੇ ਰੱਖ ਕਮਾਲ ਦੀ ਬਾਲ ਲਾ ਗਿਆ, ਵਾਹ ਬਈ ਵਾਹ। ਦਵਿੰਦਰ ਕਿੰਨੇ ਹੈ? ਲੈ ਵੀ ਵਧੀਆ ਮੈਚ ਆਇਆ, ਇੱਧਰ ਵੀ ਸਾਈਡਾਂ ਚੇਂਜ ਹੋ ਗਈਆਂ ਨੇ, ਨੌ ਤੇ ਕਿੰਨੇ ਆ ਬਾਈ? ਪੰਜ ਜੀ, ਓਕੇ ਜੀ, ਨੌ ਤੇ ਪੰਜ ਦਾ ਮੁਕਾਬਲਾ ਖੇਡਿਆ ਜਾ ਰਿਹਾ ਬਾਈ। ਔਰ ਮੈਂ ਬੇਨਤੀ ਕਰਦਾ ਜਿਹੜਾ ਵੀ ਗਰਾਊਂਡ ਪਹਿਲਾਂ ਵਿਹਲਾ ਹੋ ਗਿਆ, ਇੱਕ ਨੰਬਰ ਗਰਾਊਂਡ ਦੇ ਵਿੱਚ ਹੀ, ਇਸ ਤੋਂ ਬਾਅਦ ਟੀਮਾਂ ਆਉਣਗੀਆਂ ਮੇਰੇ ਬੋਧੀ ਵਾਲਾ ਤੇ ਕਾਲੀ ਵਾਲਾ ਜੱਸਾ, ਇਹ ਮੈਚ ਇਸ ਤੋਂ ਬਾਅਦ ਗਰਾਊਂਡ ਨੰਬਰ ਇੱਕ ਦੇ ਵਿੱਚ ਆਊ ਮੇਰਾ ਵੀਰ। ਸੋ ਖਿਡਾਰੀ ਵੀ ਕਿਰਪਾ ਕਰਕੇ ਸਾਡਾ ਸਾਥ ਦੇਣਗੇ ਅਗਲਾ ਮੈਚ ਖੇਡਣ ਦੇ ਲਈ। ਮੁੰਡੇ ਬਿਲਕੁਲ ਨੇੜੇ ਆ ਜਾਓ ਜੀ, ਵੀ ਦੱਸ ਹੋ ਗਏ ਪੁਆਇੰਟ ਤੇਰੇ, ਓਕੇ ਜੀ ਬਾਈ ਜੀ ਆ ਜਾਓ। ਕਾਲੀ ਵਾਲੇ ਜੱਸੇ ਦੀ ਟੀਮ ਵੀਰੇ, ਕਾਲੀ ਵਾਲਾ ਜੱਸਾ ਤੇ ਬੋਦੀਵਾਲ ਦੀ ਟੀਮ ਦਾ ਮੈਚ ਹੈ, ਇਸ ਤੋਂ ਬਾਅਦ ਗਰਾਊਂਡ ਨੰਬਰ ਇੱਕ ਦੇ ਵਿੱਚ ਖਿਡਾਰੀ ਵੀਰ ਤਿਆਰ ਪਰ ਤਿਆਰ ਰਹਿਣ। ਔਰ ਇੱਧਰਲੇ ਪਾਸੇ ਤੇ ਬਿਲਕੁਲ ਬਰਾਬਰੀ ਤੇ ਮੈਚ ਖੇਡਿਆ ਜਾ ਰਿਹਾ, ਹਲੇ ਸ਼ੁਰੂਆਤ ਹੋਈ ਹੈ। ਔਰ ਇੱਕ ਬਾਲ ਆ ਜਿਹੜੀ ਪੀਤੇ ਨੇ ਕਮਾਲ ਦੀ ਬਾਲ ਲਾ ਦਿੱਤੀ ਹੈ ਪੀਤੇ ਦਾ, ਉਹ ਕਹਿੰਦੇ ਜੰਡ ਵਾਲਾ ਪਿੰਡ ਹੈ, ਤੇ ਨਾਲ ਮੈਂ ਤੱਕ ਰਿਹਾ ਵੀ ਗੱਭਰੂ ਉਹ ਬੂਟੇ ਵਰਗੇ ਆਏ ਹੋਏ। ਕਮਾਲ ਦਾ ਮੈਚ ਖੇਡਦੇ ਮੈਦਾਨ ਚ ਖੇਡਿਆ ਜਾ ਰਿਹਾ ਹੈ। ਅਗਲੀ ਸਰਵ ਜਿਹੜੀ ਕਰ ਦਿੱਤੀ ਮੁੰਡਿਆਂ ਨੇ, ਪੰਜ ਤੇ ਦਸ, ਮਿਹਰਬਾਨੀ।
ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਬਸ ਇੰਨਾ ਹੀ ਕੰਮ ਸੀਗਾ। ਚੰਦ ਬਾਜੇ ਵਾਲਾ ਮੁੰਡਾ ਫਿੱਟ ਹੋਇਆ ਖੜਾ ਅੱਜ ਤਾਂ ਨਾਲ ਲਵਦੀ ਬੋਰੀ ਫਿਰੋਜ਼ਸ਼ਾਹ ਬੀ ਟੀਮ, ਦੂਜੀ ਸਾਈਡ ਟੀਮ ਮੁੰਡਿਓ ਪੱਟੀਆਂ ਵਾਲੇ ਆ ਲੁਧਿਆਣੇ ਵਾਲੇ। ਚਾਹ ਹਟ ਜਾ, ਦਰਸ਼ਾਦ ਬੈਠਾ, ਉਹ ਬੈਠਾ ਦਰਸ਼ਾਦ, ਹੋ ਲਈ ਬੈਠਾ ਦਰਸ਼ਾਦ ਕਮੈਂਟੇਟਰ ਆਪਣਾ ਮੁੰਡਾ, ਉਹਨੂੰ ਕਹਿ। ਹਾਂਜੀ ਹਾਂਜੀ ਵੀਰੇ, ਇੱਕੋ ਮਿੰਟ, ਇੱਕ ਮਿੰਟ ਬਸ, ਆਪਾਂ ਸਾਰਾ ਸੈੱਟ ਬੈੱਟ ਕਰ ਲਈਏ ਕੰਮ। ਬਾਹਲੇ ਤਕੜੇ ਮੈਚ ਬਣ ਗਏ ਮੁੰਡਿਓ। ਇੱਕ ਮਿੰਟ ਵੀਰੇ, ਇੱਕ ਮਿੰਟ ਵੇਹਨੇ ਆਪਾਂ, ਇੱਕ ਮਿੰਟ ਮੇਰੇ ਬਾਈ ਜਸਮੀਤ, ਵੇਟ ਕਰੀ ਮਾੜਾ ਜਿਹਾ, ਵੇਟ ਕਰੀ। ਵਧੀਆ 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 ਬਾਈ, ਇੱਕ ਮਿੰਟ ਮੈਨੂੰ ਮੁੰਡਾ ਫੋਨ ਕੱਢ ਲੈਂਦੇ, ਦੂਜਾ ਕਮੈਂਟ ਆਪਾਂ ਪੜ੍ਹਦੇ ਉਧਰੋਂ ਫੋਨ ਤੋਂ, ਨਾਲੇ ਕੈਮਰਾ ਸਾਫ਼ ਕਰ ਲੈਂਦੇ ਮਾੜਾ ਜਿਹਾ, ਇੱਕ ਮਿੰਟ ਇੱਕ ਮਿੰਟ। ਹੈਲੋ, ਕਾਲੀ ਬਾਈ ਦੀ ਬੇਨਤੀ ਆ, ਇੱਕ ਮਿੰਟ, ਉਹ ਜਿਹੜਾ ਮੋਟਰਸਾਈਕਲ ਡਿੱਗਿਆ ਵੀਰੇ, ਉਹ ਕੋਈ ਪਹਿਲਾਂ ਵੀਰ ਖਿੱਚ ਕੇ ਲਿਜਾ ਰਿਹਾ ਸੀ, ਮੇਰਾ ਵੀਰ ਕਿੱਥੇ ਡਿੱਗਿਆ? ਆਪਣੇ ਮੋਟਰਸਾਈਕਲਾਂ ਦਾ ਧਿਆਨ ਰੱਖ ਲਓ ਮੇਰਾ ਵੀਰ ਬਣ ਕੇ ਬੇਨਤੀ ਆ। ਇਹ ਜਦੋਂ ਕੋਈ ਮੈਚ ਇੱਧਰ ਵਧੀਆ ਲੱਗਿਆ ਹੁੰਦਾ ਤੇ ਹੁੰਦਾ ਕਾਰਨਾਮਾ ਇਹ ਕੋਈ ਉਦੋਂ ਹੀ ਆ, ਸੋ ਬਾਅਦ ਚ ਨਾ ਮੇਰਾ ਵੀਰ ਬਣ ਕੇ ਕੋਈ ਕਮੇਟੀ ਨੂੰ ਦੋਸ਼ ਦਿਓ, ਆਪ ਆਪਣੇ ਮੋਟਰਸਾਈਕਲ ਸਾਧਨਾ ਬੱਲੇ ਬਾਈ ਜੀ ਗੇੜਾ ਮਾਰਦੇ ਰਹੋ, ਇਹ ਬੇਨਤੀ ਹੈ। ਭਰਾ ਸਾਡੇ ਦੱਸ ਕੇ ਗਏ ਵੀ ਵੀਰੋ ਕੋਈ ਖਿੱਚਾ ਧੂਈ ਕਰ ਰਹੇ ਸੀ ਉਹਦੇ ਨਾਲ, ਫਿਰ ਬਾਅਦ ਚ ਜਦੋਂ ਕੋਈ ਇੱਧਰੋਂ ਵੀਰ ਗਏ ਤੇ ਉਹ ਭੱਜ ਗਏ, ਸੋ ਬੇਨਤੀ ਆਪ ਆਪਣੇ ਮੋਟਰਸਾਈਕਲਾਂ ਬੱਲੇ ਧਿਆਨ ਮਾਰ ਲਓ ਮੇਰਾ ਵੀਰ, ਮਾੜਾ ਯਾਰ ਨਾ, ਬਹੁਤ ਬਹੁਤ ਧੰਨਵਾਦ ਹੋਊਗਾ, ਫਿਰ ਬਾਅਦ ਚ ਕੋਈ ਕਮੇਟੀ ਨੂੰ ਨਾ ਦੋਸ਼ ਦਿਓ ਮੇਰਾ ਵੀਰ। ਪ੍ਰਬੰਧਕ ਵੀਰ ਕਹਿ ਰਿਹਾ ਵੀ ਇਹ ਬੇਨਤੀ, ਥੋੜਾ ਧਿਆਨ ਨਾਲ ਸੁਣ ਲਓ, ਗੌਰ ਕਰ ਲਓ ਮੇਰਾ ਵੀਰ, ਬਾਅਦ ਵਿੱਚ ਕਿਸੇ ਨੂੰ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀ ਨਾ ਹੋਵੇ। ਲੈ ਵੀ ਮੈਚ ਬਹੁਤ ਵਧੀਆ, ਕਿੰਨੇ ਕਿੰਨੇ ਐਂਡ ਕੰਮ, ਅਮਨਦੀਪ ਧਾਲੀਵਾਲ ਕੀ ਹਾਲ ਆਮਨੇ, ਮਨਪ੍ਰੀਤ ਰੁੜਕੀ, ਕਮੇਟੀ ਵਾਲੇ ਕਿੱਥੇ ਮੁੰਡੇ, 11 ਨੰਬਰ ਆ ਕਾਲੀਆਲ ਦੀ ਟੀਮ ਦੇ, ਗੁਰੀ ਹੋਣਾ ਦੀ ਟੀਮ ਦੇ, ਬਹੁਤ ਬਹੁਤ ਧੰਨਵਾਦ ਲਾਪ੍ਰੀਤ, ਗਰਵ ਕਮੋਜ ਜੰਡਲ ਦੀ ਟੀਮ ਦੇ, ਗਰਵ ਤਾਰੀ ਦਾ ਮਾਰ ਦੋ ਗਰਾਊਂਡ ਨੰਬਰ 1 ਦੀ ਟੀਮਾਂ ਲਈ, ਬਹੁਤ ਟਾਪ ਦਾ ਮੈਚ ਖੇਡੀ ਆਉਂਦੇ, ਇਧਰ ਕਹਿੰਦੇ ਆਸ਼ੂ ਆ ਉਹ ਬੱਲੇ, ਕੱਲ ਮੁੰਡੀਆਂ ਮੁੰਡੀਆਂ ਮੈਂ ਨਹੀਂ ਨੰਬਰ 12 ਮੁੰਡੀਆਂ ਖੜਦ ਮੁੰਡੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ, 12 ਤੇ 10 ਦੀ ਟੱਕਰ ਆ ਮੁੰਡਾ ਯਾਰ, ਕਲੱਬ ਵਾਲਾ ਸਾਈਂ ਕਿੱਥੇ ਮੇਰੀ ਆਵਾਜ਼ ਸੁਣੀ, ਸਾਈਂ ਸਾਡੀ ਫਰਿਆਦ ਤੇਰੇ ਤਾਈਂ, ਕੁਲਵੰਤ ਵਧੀਆ ਵਧੀਆ ਮੈਣੀ, ਲਵਪ੍ਰੀਤ ਬਹੁਤ ਬਹੁਤ ਧੰਨਵਾਦ, ਐਨ ਸਰਾ ਹੋਇਆ ਪਿਆ ਗੱਲਾਂ ਦੇ ਟੂਰਨਾਮੈਂਟ ਤੇ, ਮੇਰੇ ਚਾਹ ਦੀ ਜ਼ਰੂਰਤ ਪੈਣੀ, ਮੇਰਾ ਵੀਰ ਬਣ ਕੇ ਕੱਚਾ ਕੰਮ ਮੈਂ ਘਰੋਂ ਲਿਆ, ਮੇਰਾ ਭਰਾ ਨਾ ਥਰਮੋਸ ਭਰਾ ਲਿਆ, ਜ਼ਰੂਰੀ ਹੈ ਮੇਰਾ ਵੀਰ, ਸੋਹਣਾ ਤੈਨੂੰ ਪਤਾ ਠੰਡ ਬਾਹਲੀ ਚੜ੍ਹ ਜਾਣੀ ਹੈ, ਸੋਹਣਾ ਮੇਰਾ ਵੀਰ, ਜਾ ਮੇਰਾ ਵੀਰ, ਮੈਂ ਜਾਣਾ ਹੀ ਘਰ ਇਹਨਾਂ ਨੂੰ, ਬਸ ਫਿਰ ਆਈ ਕਰਾਂ ਮੁੜੀ ਸ਼ੇਰਾ ਤੇਰੇ ਸਰ ਤੇ ਆ ਸਾਈ, ਮੇਰਾ ਭਰਾ ਚਾਹ ਪਿਆ ਕਰਾਂ ਮੇਰਾ ਵੀਰ ਸੋਹਣਾ, ਫਿਰ ਕਰਦੇ ਗੱਲ ਇੱਥੇ ਰੱਖ, ਵਾਹ ਯਾਸਰਾ ਕੀ ਹਾਲ ਵੀਰੇ, ਫਰੋਸ਼ਾ ਵਾਲੇ ਮੁੰਡੇ ਵੀ ਵੱਡੀ ਗਿਣਤੀ 'ਚ ਆਏ ਹੋਏ ਆ, ਆਹੋ ਜੱਸਾ ਗੱਲ ਫਰੋਸ਼ਾ, ਕਿਆ ਬਾਤ ਆ, ਬਲਵਿੰਦਰ ਉੱਪਲ ਵਧੀਆ ਵਧੀਆ ਵੀਰੇ, ਕੁਲਵੰਤ ਸੁੱਖ ਬਰਾੜ ਸੁਖਦੇਵ ਬਾਈ ਧੰਨਵਾਦ ਧੰਨਵਾਦ, ਯਾਸਰਾ ਲਵਪ੍ਰੀਤ ਸਾਰਿਆਂ ਦਾ ਹੀ ਧੰਨਵਾਦ ਵੀਰੇ, ਵਾਲੀਬਾਲ ਸ਼ੂਟਿੰਗ ਔਨ ਫਾਇਰ ਪੇਜ 'ਤੇ ਬ੍ਰਦਰ ਖਾਵਾਂ ਦੀ।
ਸੁੱਖ ਬਰਾੜ ਓਕੇ ਓਕੇ ਸੁੱਖ ਕੀ ਹਾਲ ਆ ਵੀਰੇ ਯੂਕੇ ਉੱਧਰ ਸੁੱਖ ਸੁੱਖ ਵੀ ਸਾਡਾ ਭਰਾ ਯੂਕੇ ਵਾਲਾ ਐਨ ਫਿੱਟ ਹੋਇਆ ਬੈਠਾ ਵੱਡੀ ਐਲ ਈ ਡੀ ਲਾਈ ਹੈ ਅਤੇ ਪੰਜ ਸੱਤ ਗੋਰੇ ਗੋਰੀਆਂ ਬਿਠਾਏ ਜੱਟ ਨੇ ਨਾਲ ਬੰਟੀ ਬੁਲਡਰ ਵਧੀਆ ਵਧੀਆ ਬਾਈ ਕਰੀ ਆਓ ਸ਼ੇਰ ਮੇਰੇ ਮੁੰਡੇ ਖਿੱਚ ਕੇ ਗੁਰਜੰਟ ਬਰਾੜ ਹੋਰੀ ਯੂਕੇ ਵਾਲੇ ਤਾਂ ਯੂਕੇ ਵਾਲੇ ਆ ਉਹ ਰਹਿੰਦੇ ਵਿੱਚ ਬਰਮਿੰਗਮ ਗੱਲਾਂ ਯੂਕੇ ਦੀਆਂ ਕਿ ਨਹੀਂ ਬਰਾੜਾ ਆ ਜੀ ਬੰਦੇ 15 ਮਿੰਟ ਨੂੰ ਮੈਂ ਕਿਹਾ ਐਂਡ ਐਂਡ ਵੀਰੇ ਜਮਾਂ ਟੋਪ ਨੋਚ ਧੰਨਵਾਦ ਵੀਰੇ ਨੋਨੀ ਲਿੰਬਾ ਜੀ ਧੰਨਵਾਦ ਉਹ ਮੁੰਨੇ ਵਾਲੀ ਆਈ ਡੀ 'ਤੇ ਵੀਰੇ ਲਾਈਵ ਨੋਨੀ ਮੁੰਨੇ ਵਾਲੀ ਆਈ ਡੀ 'ਤੇ ਲਾਈਵ ਹੈ ਅਮਨਦੀਪ ਧਾਲੀਵਾਲ ਗੋਪਾ ਮਾਨ ਨਹੀਂ ਆਇਆ ਵੀਰੇ ਸੁੱਖ ਬਰਾੜ ਇੱਕ ਮਿੰਟ ਸੁੱਖ ਬਾਈ ਕਮੈਂਟ ਬਾਈ ਤੇਰਾ ਗਾਂ ਲੰਘ ਗਿਆ ਮੇਰਾ ਵੀਰ ਸੁਣਿਆ ਸੁਖਤੇਜ ਸਰਾਂ ਵਧੀਆ ਵਧੀਆ ਸੁਖਤੇਜ ਲਵਪ੍ਰੀਤ ਮੱਖਣ ਐਮ ਰਵਿੰਦਰ ਸਰਾਂ ਸਾਰਿਆਂ ਦਾ ਜੀ ਧੰਨਵਾਦ ਸੁੱਖ ਵੀਰੇ ਇੱਕ ਮਿੰਟ ਕਹਿੰਦੇ ਹਾਂ ਵੀਰੇ ਜੇ ਦੁਬਾਰੇ ਕਰ ਲਿਆ ਕਮੈਂਟ ਮੇਰਾ ਵੀਰ ਸੋਣਾ ਤਾਂ ਜ਼ਰੂਰ ਆਪਾਂ ਭੇਜ ਦਿੰਦੇ ਹਾਂ ਕਮੈਂਟ ਤੇਰਾ ਲੰਘ ਗਿਆ ਮੇਰਾ ਵੀਰ ਅਗਾਂਹ ਥੱਲੇ ਨੂੰ ਆਉਂਦੇ ਨਹੀਂਗੇ ਮੇਰੇ ਕੋਲ ਜਸਮੀਤ ਭੱਟੀਆਂ ਨਹੀਂ ਜਸਪ੍ਰੀਤ ਨਹੀਂ ਆਈ ਵੀਰੇ ਸਿੱਪਾ ਢਿੱਲੋਂ ਅਗਲੇ ਸਾਲ ਮੇਰੇ ਵੱਲੋਂ ਗੱਲ ਪਿੰਡ ਦੀ ਵਾਲੀਬਾਲ ਸਾਰੀ ਟੀਮ ਨੂੰ 2100 ਨਾਲ ਸਨਮਾਨ ਕਰਾਂਗੇ ਓਕੇ ਓਕੇ ਵੀਰੇ ਅਗਲੇ ਸਾਲ ਪ੍ਰਸ਼ਾਦ ਬੈਠਾ ਉੱਥੇ ਸੁੱਖ ਬਰਾੜ ਵੱਲੋਂ ਗਿੱਲਾਂ ਦੀ ਟੀਮ ਨੂੰ ਅਗਲੇ ਸਾਲ ਸਾਰੀ ਟੀਮ ਨੂੰ 2100 ਨਾਲ ਸਨਮਾਨ ਬਸ ਸੁੱਖ ਬਰਾੜ ਵੱਲੋਂ ਕਹਿ ਦੀ ਹਾਂ ਠੀਕ ਹੈ ਅਤੇ ਇੱਕ ਮਿੰਟ ਹੋਰ ਲੈ ਜਾ ਇੱਕ ਮੈਸੇਜ ਜਸਮੀਤ ਬਸ ਜਸਮੀਤ ਵੱਲੋਂ ਭੱਟੇ ਦੀ ਟੀਮ ਦਾ ਸਨਮਾਨ ਵਾਲ ਪੇਪਰਾਂ ਨਾਲ ਜੇ ਮੈਚ ਜਿੱਤਦੇ ਆ ਜਸਮੀਤ ਇਟਲੀ ਵੱਲੋਂ ਹਾਂ ਭੱਟੀਆਂ ਟੀਮ ਜਿੱਦੀ ਆ ਵਾਲ ਪੇਪਰ ਤੇ ਜੇ ਗਿੱਲਾਂ ਦੀ ਸਾਰੀ ਟੀਮ ਦਾ 2100 ਨਾਲ ਟੂਰਨਾਮੈਂਟ ਦੇ ਵਿੱਚ ਬਾਈ ਬਿੰਦਰ ਯੂਕੇ ਵੱਲੋਂ ਸਪਾਂਸਰ ਕੀਤੀ ਗਈ ਹੈ ਬਹੁਤ ਵੱਡਾ ਧੰਨਵਾਦ ਹੈ ਨੋਨੀ ਲਿੰਬਾ ਸਤਨਾਮ ਕਲਾਰ ਲਾਈ ਜੁੜਿਆ ਅੱਜ ਦੇ ਵੱਡੇ ਰਾਜ ਕਰਨ ਬਾਬਾ ਧੰਨਵਾਦ ਖੇਤਰ ਦੇ ਮੈਂ ਧੰਨਵਾਦ ਕਰਾਂਗਾ ਪ੍ਰਸ਼ਾਦ ਵੀ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਹਰ ਕਹਿੰਦੇ ਸਕੀਮਾਂ ਵੀ ਵੱਡੀਆਂ ਲੱਗ ਰਹੀਆਂ ਨੇ ਇੱਕ ਮਿੰਟ ਹੋਰ ਸਾਡੇ ਲਈ ਸ਼ੂਟਿੰਗ ਔਨ ਫਾਇਰ ਪੇ ਦੇ ਜ਼ਰੀਏ ਦੁਨੀਆ ਮੈਚਾਂ ਦਾ ਆਨੰਦ ਪਈ ਮਾਣਦੀ ਹੈ ਔਰ ਉਧਰ ਵੱਡੇ ਵੱਡੇ ਪ੍ਰਮੋਟਰ ਜਿਹੜੇ ਲਾਈਵ ਜੁੜੇ ਬੈਠੇ ਜਿਹੜੇ ਵੱਡੇ ਕੱਪ ਦੇ ਨਾਲ ਨਵੀਂਦਰ ਨੇ ਵੀ ਦੱਸੀ ਕਿੰਨੇ ਕਿੰਨੇ ਪੁਆਇੰਟ ਆ ਬਾਈ ਬਹੁਤ ਵਧੀਆ ਮੈਚ ਹੈ ਔਰ ਜੰਗ ਵਾਲੇ ਪਿੰਡ ਦੇ ਕਹਿੰਦੇ ਪੀਤੇ ਵਰਗੇ ਕਮਾਲ ਕਰੀ ਲਵਪ੍ਰੀਤ ਇੱਕ ਮਿੰਟ ਇੱਕ ਮਿੰਟ ਵੀਰੇ ਉਧਰ ਮੁੰਨਾ ਚ ਲਾਈਵ ਚੱਲਦਾ ਲਾਈਵ ਮੁੰਨੇ ਵਾਲਾ ਉਹਦੀ ਆਈ ਡੀ ਤੇ ਜੈਦੇਵ ਜੈਵੀਰ ਸੋਰੀ ਦਲਵਾਨਾ ਗੁਰਜੀਤ ਭੁੱਲਰ ਅਮਨ ਸੇਖੋਂ ਸੁੱਖ ਬਰਾੜ ਵੱਲੋਂ 2100 ਨਾਲ ਸਨਮਾਨ ਅਗਲੇ ਸਾਲ ਗਿੱਲਾਂ ਦੀ ਟੀਮ ਦਾ ਠੀਕ ਹੈ ਤੇ ਜਸਮੀਤ ਹੈ ਚੱਕ ਵਾਲਾ ਮੁੰਡਾ ਇਟਲੀ ਤੋਂ ਹੈਲੋ ਭੱਟੀਆਂ ਵਾਲੇ ਜੈਦੇਵ ਸਾਰੀ ਟੀਮ ਦਾ ਸਨਮਾਨ ਉਧਰ ਜਸਮੀਤ ਹੈ ਭਰਾ ਸਾਡਾ ਇਟਲੀ ਤੋਂ ਚੱਕ ਪਿੰਡ ਤੋਂ ਉਹ ਸਾਡਾ ਵੀਰ ਕਹਿੰਦਾ ਵੀ ਜੇ ਭੱਟੀਆਂ ਵਾਲੇ ਮੁੰਡੇ ਜਿੱਤ ਗਏ ਸਾਰੀ ਟੀਮ ਦਾ ਸਨਮਾਨ ਵਾਲ ਪੇਪਰਾਂ ਨਾਲ ਤੇ ਸਾਰੀ ਟੀਮ ਦਾ ਸਨਮਾਨ ਵੀਰ ਕਹਿੰਦਾ ਆਪਾਂ ਵਾਲ ਪੇਪਰਾਂ ਨਾਲ ਕਰ ਦਿਆਂਗੇ ਔਰ ਉਧਰ ਸੁੱਖ ਬਰਾੜ ਯੂਕੇ ਵੱਲੋਂ ਆਉਂਦੇ ਸਾਲ ਵਾਲੀਬਾਲ ਦੀ ਸਾਰੀ ਟੀਮ ਗਿੱਲਾਂ ਦੀ ਸਾਰੀ ਟੀਮ ਦਾ ਸਨਮਾਨ ਵੀਰ ਕਹਿੰਦਾ ਆਪਾਂ 2100 ਦੀ ਨਗਦ ਰਾਸ਼ੀ ਨਾਲ ਕਰਾਂਗੇ ਲੈ ਵੀ ਆ ਜਾਓ ਵੀਰੇ ਜਲਦੀ ਦੇ ਨਾਲ ਗਰਾਊਂਡ ਨੰਬਰ ਇੱਕ ਆਪਣੇ ਕੋਲੇ ਵਿਹਲਾ ਹੋ ਗਿਆ ਵੀਰੇ ਬੋਦੀ ਵਾਲੀ ਟੀਮ ਦੇ ਕਾਲੀ ਵਾਲਾ ਜੱਸਾ ਇਹ ਜਲਦੀ ਦੇ ਨਾਲ ਮੁੰਡੇ ਗਰਾਊਂਡ ਨੰਬਰ ਇੱਕ ਦੇ ਵਿੱਚ ਆਓ ਵੀਰੇ ਬੋਦੀ ਵਾਲਾ ਦੇ ਕਾਲੀ ਵਾਲਾ ਜੱਸਾ
ਰਾਂਝੇ ਲੰਗਰ ਪ੍ਰਸ਼ਾਦਾ ਪਾਣੀ ਛਕਣਾ ਮੇਰਾ ਵੀਰ ਬਣ ਕੇ ਜ਼ਰੂਰ ਛਕ ਲੋ ਜੀ ਅੱਧਾ ਘੰਟਾ ਵੀਰੇ ਲੰਗਰ ਜਿਹੜਾ ਹੋਰ ਕੋਈ ਖਾਣ ਦੇ ਹਾਂ ਮੈਂ ਹੋਰ ਲਿਆਉਂਦਾ ਕੋਈ ਨੀ ਛਕ ਨਾਲ ਹੀ ਬੇਨਤੀ ਹੈ ਜੀ ਨਹੀਂ ਆਏ ਵੀਰੇ ਸੁਰਿੰਦਰ ਬਾਈ ਬਨੇਰੀ ਵਾਲੇ ਨਹੀਂ ਆਏ ਇੱਕ ਮੈਚ ਵੀਰੇ ਕਰਾਂਗੇ ਜੀ ਕਿਉਂਕਿ ਇੱਧਰ ਆਪਣਾ ਦਵਿੰਦਰ ਹੋਣਾ ਦਾ ਮੈਚ ਆ ਗਿਆ ਮੇਰਾ ਬਾਈ ਆ ਜੋ ਜਲਦੀ ਦੇ ਨਾਲ ਬਹੁਤ ਵਧੀਆ ਮੈਚ ਖੇਡਿਆ ਜਾਣਾ ਇੱਧਰ ਕਾਲੀ ਵਾਲੇ ਜੱਸੇ ਦੀ ਟੀਮ ਆ ਗਈ ਆ ਬੋਦੀ ਵਾਲੀ ਟੀਮ ਦੇ ਰਹਿੰਦੇ ਖਿਡਾਰੀ ਆਓ ਵੀਰੇ ਔਰ ਨਾਲ ਹੀ ਪਹਿਲਾਂ ਕਾਲੀ ਵਾਲਾ ਗੁਰੀ ਦੀ ਟੀਮ ਜਿੱਤ ਗਈ ਵੀਰੇ ਗੁਰੀ ਇੱਕ ਰਣਾ ਬੰਦਾ ਭੇਜੋ ਇੱਕ ਮਿੰਟ ਦੱਸ ਦਿਆਂ ਗੁਰਜੀਤ ਭੁੱਲਰ ਗੁਰਜੰਟ ਕਹਿੰਦੇ ਰੇਟ ਵੀ ਪਾਉਣ ਦਾ ਬਿਲਕੁਲ ਗੁਰਜੰਟ ਬਰਾੜ ਕੁਲਦੀਪ ਨਹੀਂ ਆ ਬਾਈ ਗੁਰਜੀਤ ਚੰਦਵਾਜਾ ਗੁਰਦਾਸਪੁਰ ਕਰੋੜ ਇਹਨਾਂ ਭਰਾਵਾਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਹੈ ਬੜਾ ਪਿਆਰ ਸਤਿਕਾਰ ਹੈ ਮਨਪ੍ਰੀਤ ਬਣੀ ਉਹਨਾਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਾਂਗੇ ਆਪਾਂ ਮਨਪ੍ਰੀਤ ਬਣੀ ਹੋਣਾ ਦਾ ਬੁੱਢਾ ਜੰਡ ਵਾਲਾ ਇੱਕ ਵਾਰੀ ਆਵੇ ਮੇਰੀ ਬੇਨਤੀ ਹੈ ਬੁੱਢਾ ਜੰਡ ਵਾਲਾ ਲੈ ਵੀ ਬੁੱਢੇ ਆ ਕੇ ਸਟੇਜ ਤੇ ਸੰਪਰਕ ਕਰੀ ਮੇਰਾ ਵੀਰ ਸਾਈਂ ਰੈਫਰੀ ਚੇਂਜ ਕਰਨਾ ਪਊਗਾ ਨਹੀਂ ਮੈਚ ਆਪਣੇ ਕੋਲੇ ਰੁਕ ਜਾਣਾ ਵੀਰੇ ਸਿੱਧੂ ਨਹੀਂ ਬਿਲਕੁਲ ਗੁਰਜੰਟ ਬਰਾੜ ਕੁਲਦੀਪ ਹੈਮਤ ਥੈਂਦ ਧਰੁਵ ਜਾਖੜ ਗੁਰਜੀਤ ਭੁੱਲਰ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ ਵਾਲੀਬਾਲ ਸ਼ੂਟਿੰਗ ਔਨ ਫਾਇਰ ਪੇਜ ਤੇ ਜਸਵਿੰਦਰ ਢਿੱਲੋਂ ਵੱਲੋਂ ਸਵਾਗਤ ਆ ਸਾਰੇ ਭਰਾਵਾਂ ਦਾ ਪੁਆਇੰਟ ਦੱਸਦੇ ਬਾਈ ਇੱਕ ਮਿੰਟ ਬਾਈ ਜੀ ਆਓ ਯਾਰ ਮੈਚ ਆਪਾਂ ਕਰਵਾ ਦਈਏ ਰਸ਼ਪਾਲ ਇੱਧਰ ਕਰਾ ਦੇਗਾ ਮੈਚ ਨੂੰ ਖੇਡਣਾ ਹੈ ਦੱਸਦੇ ਅਮਨ ਸਿੱਖੋ ਬਾਈ ਦੱਸਦੀ ਆ ਜੋ ਕਾਲੀ ਵਾਲਾ ਕੁਆਟਰ ਦਿੱਲੀ ਜਾਂਦੇ ਕੁਆਟਰ ਬਹੁਤ ਧੰਨਵਾਦ ਹੈ ਅਮਨ ਸਿੱਖੋ ਔਰ ਬੋਦੀ ਵਾਲੀ ਟੀਮ ਦੇ ਖਿਡਾਰੀ ਵੀ ਪਹੁੰਚ ਚੁੱਕੇ ਆ ਇੱਧਰ ਆਪਾਂ ਰੈਫਰੀ ਚੇਂਜ ਕਰਾਂਗੇ ਸਾਈਂ ਦੇ ਮੈਚ ਨਹੀਂ ਚੱਲਣੇ ਬੁੱਢੇ ਭਰਾ ਬਣ ਕੇ ਯਾਰ ਸਹਿ ਵਿਰਤੂਰ ਸਹਿ ਵਿਰਤੂਰ ਰਾਉਂਡ ਹੈਗਾ ਵੀਰੇ ਕੁਆਟਰ ਚੱਲੀ ਜਾਂਦੇ ਕੁਆਟਰ ਬਾਈ ਜੀ ਉਹ ਮੁੰਡਾ ਰੈਫਰੀ ਖੜਾ ਉਧਰ ਉਹਦਾ ਮੈਚ ਆ ਰੈਫਰੀ ਹੋਰ ਵੇਖ ਲੜਦੇ ਆ ਉਹ ਗਿਆ ਕਾਲਾ
ਲੈ ਵੀ ਕਰਾਓ ਮੈਚ ਮੇਰਾ ਵੀਰ ਇਹ ਸੇਮਾ ਚੁੱਗਿਆ ਵਾਲਾ ਵੀਰੇ ਗ੍ਰੀਨ ਡੀ ਹੈਡ ਚ ਸੇਮਾ ਚੁੱਗੇ ਮਨਜੀਤ ਭਨੈਰੀ ਨਹੀਂ ਆਈ ਬਾਈ ਜਾਖੜ ਬਾਈ ਕੁਆਟਰ ਚਲੇ ਜਾਂਦੇ ਮੇਰੇ ਵੀਰ ਓਏ ਹੈਲੋ ਬਾਈ ਜੀ ਜਲਦੀ ਦੇ ਨਾਲ ਆਪਾਂ ਮੈਚ ਸ਼ੁਰੂ ਕਰਾਉਣਾ ਉਧਰ ਬੁੱਢੇ ਇੱਕ ਮਿੰਟ ਕਰਾ ਦੋ ਮੇਰਾ ਵੀਰ ਬਣ ਕੇ ਕਲੱਬ ਵਾਲੇ ਵੀਰ ਚੇਤੇ ਕਰਦੇ ਆ ਜਾਓ ਮੇਰਾ ਵੀਰ ਸੌਰਵ ਥੈਂਕ ਯੂ ਵੀਰੇ ਅਮਨ ਸੇਖੋਂ ਬਹੁਤ ਬਹੁਤ ਧੰਨਵਾਦ ਨਹੀਂ ਆਏ ਵੀਰੇ ਭਨੇਰੀ ਵਾਲੇ ਮੁੰਡੇ ਨਹੀਂ ਆਏ ਨਾਲ ਹੀ ਵੀਰੇ ਨਿਡਲ ਲੈ ਕੇ ਆਓ ਜੀ ਔਰ ਇੱਧਰ ਪੀਤਾ ਸਰਾ ਗੱਬਰ ਬਛਾ ਉਹ ਭਰਾ ਦਾ ਸਨਮਾਨ ਸਮੂਹ ਫੁੱਟਬਾਲ ਦੀ ਟੀਮ ਵੱਲੋਂ ਸਾਰੇ ਹੀ ਫੁੱਟਬਾਲ ਦੇ ਖਿਡਾਰੀ ਨੇ ਔਰ ਨਾਲ ਹੀ ਕ੍ਰਿਕਟ ਵਾਲੇ ਮੁੰਡੇ ਭਰਾਵਾਂ ਦੇ ਵੱਲੋਂ ਪੀਤੇ ਸਰਾਂ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਇੱਕ ਵੱਡੇ ਕੱਪ ਦੇ ਨਾਲ ਲੈ ਵੀ ਬੇਨਤੀ ਆ ਵੀਰੇ ਜਿੰਨੀ ਵੀ ਸੰਗਤ ਆ ਪਹਿਲਾਂ ਇੱਕ ਵਾਰੀ ਯਾਰ ਜ਼ੋਰਦਾਰ ਤਾੜੀ ਮਾਰ ਦੋ ਭਰਾ ਦੇ ਲਈ ਵੱਡਾ ਕੱਪ ਦਿੱਤਾ ਜਾ ਰਿਹਾ ਹੈ ਬਹੁਤ ਵੱਡੀਆਂ ਮੁਬਾਰਕਾਂ ਪੀਤੇ ਸਰਾਂ ਨੂੰ ਔਰ ਕੱਬਰ ਬਛਾ ਪਿੰਡ ਆ ਸਾਡੇ ਵੀਰ ਦਾ ਇੱਧਰ ਫੁੱਟਬਾਲ ਵਾਲੇ ਭਰਾਵਾਂ ਨੇ ਤੇ ਕਹਿੰਦੇ ਕ੍ਰਿਕਟ ਵਾਲੇ ਭਰਾਵਾਂ ਨੇ ਵੱਡੇ ਮਾਣ ਕੀਤੇ ਆ ਔਰ ਵੱਡਾ ਕੱਪ ਜਿਹੜਾ ਭਰਾ ਨੂੰ ਦਿੱਤਾ ਜਾ ਰਿਹਾ ਕਿੰਨੇ ਵੱਡੇ ਮਾਣ ਵਾਲੀ ਗੱਲ ਹੈ ਬੜੀ ਰੀਝ ਨਾਲ ਕੱਪ ਜਿਹੜਾ ਭਰਾਵਾਂ ਨੇ ਤਿਆਰ ਕੀਤਾ ਹੈ ਪੀਤੇ ਦਾ ਸਨਮਾਨ ਜਿਹੜਾ ਵਿਸ਼ੇ ਤੌਰ ਤੇ ਗੁਰਭਲ ਸਿੰਘ ਜੀ ਟੋਟੀ ਫੁੱਟਬਾਲ ਕਬੱਡੀ ਖਿਡਾਰੀ ਨਾਲ ਭਰਾ ਸਾਡੇ ਨਿਰਭੈ ਹੋਣੀ ਔਰ ਸਾਰੇ ਹੀ ਸਾਡੇ ਫੁੱਟਬਾਲ ਦੇ ਖਿਡਾਰੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਵੱਡੀਆਂ ਮੁਬਾਰਕਾਂ ਨੇ ਭਰਾ ਸਾਡੇ ਨੂੰ ਸੱਚੇ ਪਾਤਸ਼ਾਹ ਪਰਮਾਤਮਾ ਤੈਨੂੰ ਹੋਰ ਵੀ ਤਰੱਕੀਆਂ ਬਖਸ਼ੇ ਸੋਹਣਿਆ ਵੀਰਾ ਵੱਡੇ ਕੱਪ ਦੇ ਨਾਲ ਵੱਡੇ ਮਾਣ ਸਨਮਾਨ ਜਿਹੜੇ ਪੀਤੇ ਨੂੰ ਦਿੱਤੇ ਜਾ ਰਹੇ ਹੈ ਬਹੁਤ ਬਹੁਤ ਧੰਨਵਾਦ ਪਹਿਲਾ ਪ੍ਰਾਈਜ 31,000 ਤੇ ਜਿਹੜਾ ਸੈਕਿੰਡ ਪ੍ਰਾਈਜ ਹੋਊਗਾ ਉਹ 21,000 ਰੁਪਇਆ ਦਿੱਤਾ ਜਾਊਗਾ ਪਹਿਲਾ ਪ੍ਰਾਈਜ 31,000 ਤੇ ਦੂਜਾ ਪ੍ਰਾਈਜ 21,000 ਹੋਣਾ ਹੈ ਤੇ ਜਿਹੜਾ ਮੈਨ ਆਫ ਦਾ ਸੀਰੀਜ ਹੋਊਗਾ ਟੂਰਨਾਮੈਂਟ ਦਾ ਉਹਦੇ ਲਈ ਮੋਟਰਸਾਈਕਲ ਦਿੱਤਾ ਜਾਊਗਾ ਨਵੀਂ ਪਿੰਡ ਵਾਲੇ ਮੁੰਡਿਆਂ ਲਈ ਇੱਕ ਵਾਰੀ ਤਾੜੀ ਮਾਰ ਦੋ ਯਾਰ ਜ਼ੋਰਦਾਰ ਬਹੁਤ ਵੱਡਾ ਧੰਨਵਾਦ ਆ ਵੀਰਾਂ ਦਾ ਉਹ ਕਹਿੰਦੇ ਕਾਸਕੋ ਕ੍ਰਿਕਟ ਵਾਲੇ ਮੁੰਡੇ ਆਏ ਕਹਿੰਦੇ 15 ਜਨਵਰੀ ਤੋਂ 20-20 ਵੱਡਾ ਕੱਪ ਕਰਵਾਵਾਂਗੇ ਆਪਾਂ ਤੇ ਮੋਟਰਸਾਈਕਲ ਦੇਣਾ ਉਹ ਗੱਲ ਜਿਹੜੀ ਟਿਕਾਣੇ ਲੱਗ ਜਾਣੀ ਆ ਮੇਰੇ ਮਿੱਤਰੋ ਅੱਜ ਕਹਿੰਦੇ ਗਿੱਲ ਪਿੰਡ ਦੀ ਧਰਤੀ ਆ ਰੌਣਕਾਂ ਵੱਡੀਆਂ ਨੇ ਪਰ ਬਾਈ ਯਾਰ ਮੈਚ ਉਧਰ ਚਲਾਉਣਾ ਪਊਗਾ ਆਪਾਂ ਨੂੰ ਮੇਰੀ ਬੇਨਤੀ ਹੈ ਕਾਲੇ ਥੋੜੀ ਜਿਹੀ ਜ਼ਿੰਮੇਵਾਰੀ ਸਮਝੋ ਮੇਰਾ ਵੀਰ ਠੰਡ ਵੀ ਬਹੁਤ ਹੁੰਦੀ ਜਾਂਦੀ ਹੈ ਔਰ ਮੈਚ ਆਪਣੇ ਕੋਲ ਹਲੇ ਪਏ ਆ ਕਾਫੀ ਤੁਰਿਆ ਤੂੰ ਇਹਨੂੰ ਕੰਮ ਕਰਦੇ ਇੱਕ ਜਾ ਕੇ ਜਾਂ ਉਧਰ ਸਾਡਾ ਲੈ ਜਾ ਲੰਗਰ ਜਾ ਨਹੀਂ ਨਹੀਂ ਤਾਂ ਛਕਣਾ ਜਾ ਭਾਜ ਮੁੜ ਜਾ ਮੇਰਾ ਵੀਰ ਬਣ ਕੇ ਮੈਂ ਕੰਮ ਕਰ ਮੇਰਾ ਵੀਰ ਹੁਣ ਉਧਰਲੇ ਪਾਸੇ ਲੈ ਜਾ ਦੱਸੂ ਦੱਸਾ ਹੈਲੋ ਸਾਧਨਾ ਯਾਰ ਨਹੀਂ ਲੈ ਵੀ ਚੱਲ ਪਿਆ ਮੈਚ ਇੱਧਰ ਦੇ ਪਾਸੇ ਤੇ ਹੁਣ ਉਧਰ ਕਾਲੇ ਕਾਲੇ ਕਰੋ ਖੇਚਲ ਯਾਰ ਮੇਰਾ ਵੀਰ ਬਣ ਕੇ ਸਿੱਧੂ ਨਹੀਂ ਆਇਆ ਵੀਰੇ ਨਹੀਂ ਆਇਆ ਬਾਈ ਵੇਟ ਕਰ ਲਓ ਨਹੀਂ ਆਏ ਬਾਈ ਭਨੇਰੀ ਵਾਲੇ ਮੁੰਡੇ
ਬਈ ਕਮੈਂਟ ਲੰਘ ਜਾਂਦੇ ਆ ਕਿ ਯਾਰ ਵੀਰੇ ਨਹੀਂ ਧਿਆਨ ਰਹਿੰਦਾ ਮੇਰਾ ਬਾਈ, ਅੰਡਰਸਟੈਂਡ ਕਰ ਲਿਆ ਕਰੋ ਮੇਰੇ ਵੀਰ। ਸਵੇਰ ਦੇ ਆਪਾਂ ਰਿਪਲਾਈ ਕਰੀ ਜਾਂਦੇ ਹਾਂ ਕਿਸੇ ਨੂੰ, ਜਵਾਬ ਹੀ ਨਹੀਂ ਦਿੰਦੇ ਆਪਾਂ ਤਾਂ ਕਮੈਂਟ ਰਿਪਲਾਈ ਕਰਨ ਦਾ। ਤੁਹਾਡਾ ਹੀ ਲਾਈਵ ਹੈ, ਤੁਹਾਡਾ ਹੀ ਪੇਜ ਹੈ। ਵੀਰ ਬਣ ਕੇ ਹਰਸ਼ਾਨ ਗਰੇਵਾਲਾ ਭਨੇਰੀ ਨਹੀਂ ਆਈ ਤੇ ਕਾਲੀ ਵਾਲਾ ਜੱਸੇ ਦੀ ਟੀਮ ਦਾ ਮੈਚ ਆ ਮੇਰਾ ਵੀਰ। ਬਲਵਿੰਦਰ ਉੱਪਲ ਅੰਦਰ ਗਿਆ ਕਾਲੇ, ਛਾਗਲਾ ਤੂੰ ਯਾਰ ਕਿਉਂ ਟਾਈਮ ਲਾਈ ਠੰਡ ਹੈ ਜਾਂ ਭੱਜ ਗਿਆ ਮੁੰਡਾ ਭੇਜ ਪਰਸੈਂਟ ਮੈਂ ਲੈ ਗਿਆ ਪੰਜਾਬ ਹਾਂ ਹਾਂ ਠੰਡ ਨਾਲ ਮਰਨਾ ਹੈ ਅੰਕਿਤ ਵਧੀਆ ਵਧੀਆ ਵੀਰੇ ਸਕੋਰ ਵੀਰੇ ਦੱਸ ਦੇ ਇੱਕ ਮਿੰਟ ਵੇਟ ਕਰਿਓ ਪੁਆਇੰਟ ਕਿੰਨੇ ਵੀਰੇ ਪੁਆਇੰਟ 7 ਇੰਚ 7-7 ਆ ਵੀਰੇ ਸਰਵਿਸ ਭੱਟੀਆਂ ਦੀ 7 ਇੰਚ ਭਈਆ ਬੰਦ ਕਰੀ ਮਾੜਾ ਜਿਹਾ ਮਾਮੂ ਚੰਗਾ ਬਈ ਚਾਹ ਹੀ ਪੈ ਯਾਰ ਭਰਾ ਬਣੇ ਕਰੋ ਮੇਰਾ ਭਰਾ ਬਣਿਆ ਨਾ ਨਾ ਬਸ ਛਕ ਛਕ ਕੋਈ ਨਹੀਂ 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 ਕੋਈ ਮਸਲਾ ਨਹੀਂ ਨਹੀਂ ਮਸਲਾ ਕੋਈ ਠੰਡ ਬਹੁਤ ਹੋ ਗਈ ਬਾਈ ਬਹੁਤ ਜ਼ਿਆਦਾ ਠੰਡ ਹੋ ਗਈ ਯਾਰ 98 ਕਿੱਥੋਂ ਦਾ ਯਾਰ ਸ਼੍ਰੀਲੰਕਾ 98 ਕਿੱਥੋਂ ਦਾ ਉਹ ਯਾਰ ਪਲੱਸ 98 ਕਾਲੀ ਵਾਲੇ ਦਾ ਹੈਪੀ ਮੈਚ ਹੋਣਾ ਕਿ ਹੋ ਗਿਆ ਯਾਰ ਇੱਕ ਮਿੰਟ ਹੋ ਗਿਆ ਕਾਲੀ ਵਾਲੇ ਦਾ ਮੈਚ ਯਾਰ ਬੋਧੀ ਵਾਲੇ ਦਾ ਮੈਚ ਚੱਲਣਾ ਉਹਨਾਂ ਨਾਲ ਹੁਣ ਕਾਲੀ ਵਾਲੇ ਜੱਸੇ ਟੀਮ ਵਾਲਾ ਧੁੰਦ ਵੀ ਆ ਗਈ ਬਈ ਧੁੰਦ ਵੀ ਆ ਗਈ
ਵੇਟ ਕਰ ਅੰਕਿਤ ਮੇਰਾ ਬਾਈ, ਉਹਨੂੰ ਰੋਟੀ ਖਾ ਲੈਂਦੇ ਮੇਰਾ ਭਰਾ, ਉਹਨੇ ਕਰਤੇ ਹੋਣਾ ਪੇਜ ਤੇ ਚੈੱਕ ਕਰ ਲਿਆ ਕਰੋ, ਕੱਚੇ ਵਾਲੇ ਪੇਜ ਤੇ ਚੈੱਕ ਕਰ ਲਿਆ ਕਰੋ ਮੇਰੇ ਬਾਈ, ਸ਼ੇਰ ਪੰਜਾਬ ਵਾਲੇ ਪੇਜ ਤੇ ਚੈੱਕ ਕਰ ਲਿਆ ਕਰੋ ਨਾ, ਸਾਰੇ ਪਾਏ ਹੋਏ ਉੱਥੇ ਕੱਚੀ ਦੇ ਟੂਰਨਾਮੈਂਟ ਲਾਈ ਵਾ ਜਿਹੜੇ ਹੋਣੇ ਹੈਗੇ ਟੂਰਨਾਮੈਂਟ। ਆਉਗੇ ਆਉਗੇ ਲਾਲੀ ਬਾੜ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਆ ਲਾਲੀ ਬਾਈ, ਸਮਝ ਪ੍ਰੀ ਹੋ, ਕਿਵੇਂ ਹੋ ਬਾਈ, ਆਊਟ ਬਾ ਸੇਮਾ ਚੁੱਗੇ ਵਾਲੇ ਫਰੋਸ਼ ਬੀਚ, ਕਮੈਂਟਰੀ ਠਹਿਰ ਕੇ ਚੱਲੂਗੀ ਵੀਰੇ, 10 ਮਿੰਟ ਰੁਕ ਕੇ ਚੱਲੂ, ਫਰੋਸ਼ਾ ਬੱਚੀ ਤੂੰ ਆ ਰਹੀ ਯਾਰ, ਜਾਂ ਚਾਹ ਦਾ ਕੱਪ ਲਿਆ ਗਿਆ ਉਹਨੇ ਭੱਜ ਕੇ, ਦੋ ਹੀ ਲਈ ਭਾਵੇਂ, ਹੋਰ ਕੀ ਆ, ਚਾਹ ਪੀ ਕੇ ਠੰਡ ਲੱਗੀ ਜਾਂਦੀ। ਡਿਪਟੀ ਮੈਚ ਵੀਰੇ ਕਮਾਲ ਹੋ ਗਈ, ਡਿਪਟੀ ਕਹਿੰਦਾ ਮੈਚ ਚੱਲੀ ਜਾਂਦਾ ਯਾਰ ਹੱਦ ਹੈ, ਕੀ ਸੁਣਿਆ ਵੀਰਾ ਤੈਨੂੰ ਕੀ ਕਵਾਂ ਹੁਣ ਮੇਰੇ ਵੀਰ, ਗੁਰਮਿੰਦਰ ਵੀਰੇ ਸਤਿ ਸ਼੍ਰੀ ਅਕਾਲ, ਨਹੀਂ ਵੀਰੇ ਨਹੀਂ ਆਏ ਬਿਸ਼ਨੋਈ ਬਾਈ, ਨਵੀਂ ਪੰਗੂ ਮੁੰਡੀਆਂ ਖੁਰਦ ਵਾਲਿਓ, ਕੀ ਹਾਲ ਚਾਲ, ਮੈਨੀ ਸਿੰਘ ਕੱਲ ਨੂੰ ਮੁੰਡੀਆਂ ਖੁਰਦ ਨਵੀਂ ਪੰਗੂ, ਬਿਲਕੁਲ ਪਟਾਕੇ ਪੂਰੇ ਪੈਣੇ ਕੱਲ ਨੂੰ ਮੁੰਡੀਆਂ ਖੁਰਦ, ਮੈਂ ਕਿਹਾ ਵੀ ਇੱਕ ਮਿੰਟ ਚਲਾ ਲਈਏ ਆਪਾਂ, ਮੈਂ
ਆਪਾਂ ਫਾਈਨਲ ਮੈਚ ਇੱਕ ਦੀ ਕਰਾਉਣੀ ਕਰਾਉਣਾ ਹੈ ਨਾ, ਪਿੱਛੇ ਮੈਚ ਰਹਿ ਗਿਆ ਆਪਣੇ ਤਿੰਨ ਮੈਚ ਹੈ ਇੱਕ ਤੇ ਚਲਾ ਤੂੰ ਕੋਈ ਨਹੀਂ ਲੱਗਾ ਹੈ ਕੰਮ ਲੇਟ ਹੋਇਆ ਵਾ ਉਹ ਕੋਈ ਨਹੀਂ ਲੇਟ ਹੋਣੇ ਯਾਰ ਲੈਣੇ ਆਪਾਂ ਕਿਉਂਕਿ ਬਾਅਦ ਟੀਮ ਅਦਰ ਮੈਂ ਦੂਜਾ ਪੁਆਇੰਟ ਮੈਚ ਲੰਮੇ ਜਾ ਵੜਨੇ ਆ ਚਲਾਂ ਕਰ ਲੈ ਹਾਂ ਮੈਚ ਲੰਮੇ ਜਾ ਆਪਾਂ ਵੇਖ ਲੈਣੇ ਬਾਕੀ ਉੱਥੇ ਪਈ ਚਾਹ ਪੀ ਵਾਧੂ ਉਹ ਪਈ ਉੱਥੇ ਭਰ ਲਾ ਗਈ ਤੇਰੀ ਉੱਥੇ ਅੰਦਰ ਪਈ ਹੈਗੀ ਉੱਧਰ ਦੇਖ ਉਹ ਅੰਦਰ ਪਈ ਹੈ ਲੈਟ ਟਰੈਕਟਰ ਵਾਲੇ ਅੰਦਰ ਤੇ ਭਰ ਲਾ ਤੂੰ ਕੋਈ ਕਿਤੇ ਹੈਗੇ ਤਾਂ ਗਲਾਸ ਲੈ ਕੇ ਉਹ ਕਰ ਲਾ ਕਾਲੇ ਜਾਈ ਭੱਜ ਗਏ ਹਮਦਰ ਵਾਲਾ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਨੀ ਸ਼ਰਮਾ ਮਿੰਟੂ ਬਈ ਸਤਿ ਸ਼੍ਰੀ ਅਕਾਲ ਅਨਮੋਲਦੀਪ ਜੌਲ ਕਾਲੀ ਵਾਲਾ ਵੀਰੇ ਅਗਲੇ ਰਾਊਂਡ 'ਚ ਜਿੱਤ ਗਈ ਨਾ ਦਰਸ਼ਾਦ ਕਾਲੀ ਵਾਲਾ ਸੇਮੀ 'ਚ ਜਸ ਬਰਾੜ ਨਹੀਂ ਆਇਆ ਵੀਰੇ ਸਲੀਮ ਸ਼ਾਹ ਸਿੱਧੂ ਨਹੀਂ ਆਇਆ ਧੁੰਦ ਆ ਗਈ ਬਈ ਧੁੰਦ ਆ ਗਈ ਪੱਕੀ ਗੱਲ ਹੈ 101% ਇੱਧਰ ਕਾਲੀ ਵਾਲਾ ਜੱਸੇ ਦੀ ਟੀਮ ਅਮਰੀਸ਼ ਬਾਈ ਵਧੀਆ ਖੇਡਿਆ ਜਾ ਰਿਹਾ ਹੈ ਟੀਮ ਦਾ ਜਿਹੜੀ ਜਿੱਤ ਗਈ ਵੀਰੇ 12 ਵਜੇ ਤੱਕ ਬਾਈ ਹੁਣ ਇੱਥੇ ਲੇਟ ਹੋ ਜਾਾਂਗੇ ਅਸੀਂ ਟੀਮ ਦੇ ਨਾਲ ਖੇਡਿਆ ਜਾ ਰਿਹਾ ਹੈ ਨਹੀਂ ਬਾਈ ਤੈਨੂੰ ਪਤਾ ਇਸ ਤੋਂ ਬਾਅਦ ਜਿਹੜੀਆਂ ਸੈਬੀ ਦੀਆਂ ਟਾਈਆਂ ਆਪਾਂ ਕੱਢਾਂਗੇ ਬਹੁਤ ਟਾਪ ਦੇ ਮੈਚ ਖੇਡੇ ਜਾਣਗੇ ਆ ਵੀ ਮੈਚ ਬੜਾ ਚੋਟੀ ਦਾ ਉਹ ਫਰੋਸ਼ਾਂ ਦੀ ਟੀਮ ਕਹਿੰਦੇ ਵੱਡੀ ਟੀਮ ਹੈ ਤੇ ਮੁੰਡੇ ਭੱਟੀਆਂ ਵਾਲਾ ਵੀ ਉਹ ਕਹਿੰਦੇ ਬੋਲਬਾਲਾ ਹੁਣ ਕਹਿੰਦੇ ਵੱਡੀਆਂ ਟੀਮਾਂ ਦੇ ਵਿੱਚ ਹੁੰਦਾ ਦੋ ਕਹਿੰਦੇ ਵੱਡੇ ਕਲੱਬਾਂ ਦੀਆਂ ਸਪਾਂਸਰ ਕੀਤੀਆਂ ਹੋਈਆਂ ਟੀਮਾਂ ਜਿਹੜੀਆਂ ਖੇਡ ਰਹੀਆਂ ਨੇ ਉਹ ਕੌਣ ਜਿੱਤੂਗਾ ਵੱਡੇ ਕੱਪ ਨੂੰ ਗੁਰਜੀਤ ਬਰਾੜ ਬਾਬਾ ਧੰਨਵਾਦ ਗੁਰਜੀਤ ਕਰਦੇ ਆ ਥੈਂਕ ਯੂ ਗੁਰਜੀਤ ਜਹਾਂ ਪਲਵਾਨਦੀਪ ਜੌਲਾ ਨਾ ਪਲਵਾਨ ਕੋਈ ਸੈਮੀ ਕਾਲ ਗਿਆ ਕਾਲ ਗਿਆ ਸੈਮੀ ਜੀ ਬਦਲਾ ਦਿੰਦਾ ਹਿੰਮਤ ਕਰਕੇ ਉਹ ਕਰਾਂਗੇ ਅਪਡੇਟ ਅਨਮੋਲਦੀਪ ਵੇਟ ਕਰੋ ਮੇਰਾ ਭਾਈ ਅੱਗੇ ਵਧਣ ਲਈ ਨਿਰਮਾਨ ਸ਼ਾਨੀ ਵਧੀਆ ਨਿਰਮਾਨ ਸ਼ਾਨੀ ਬਾਕੀ ਦੁੱਖ ਤੇ ਸਾਰੇ ਹੱਸ ਕੇ ਬਿਲਕੁਲ ਬਿਲਕੁਲ ਵਾਰਸ ਬੋਜ ਬਿਨੋ ਕਿ ਤੇਰਾ ਦੁੱਖ ਰਵਾ ਜਾਂਦਾ ਸਮੇ ਜਿਹਾਂ ਪਲਵਾਨ ਤੇ ਨਾ ਪਲਵਾਨ ਕੋਈ ਆਖਿਰ ਵੱਡਿਆਂ ਵੱਡਿਆਂ ਦੀ ਕੱਢ ਲਾ ਦਿੰਦਾ ਨਾਮੇ ਕਿੰਨੇ ਹੋ ਗਏ ਪੁਆਇੰਟ ਕਿਵੇਂ ਹਾਂ ਲੰਗਰ ਭੇਜਿਆ ਪ੍ਰਸ਼ਾਦਾ ਛਕਣਾ ਯਾਰ ਲਾਜ਼ਮੀ ਪੱਟੀਆਂ ਦਾ ਮੈਚ ਹੀ ਚੱਲਦਾ ਮੇਰੇ ਵੀਰ ਸੁਣਿਆ ਪੱਟੀਆਂ ਦਾ ਮੈਚ ਹੀ ਚੱਲਦਾ ਮੇਰੇ ਵੀਰ ਪਾਰਲੀ ਸਾਈਡ ਪੱਟੀਆਂ ਵਾਲੇ ਗਿਆ ਵਿਆ ਕਾਲਾ ਯਾਰ ਉਹਨੂੰ ਮੈਂ ਭੇਜਿਆ ਨਹੀਂ ਨਹੀਂ ਉਹ ਤਾਂ ਗਿਆ ਵਿਆ ਲੈਣ ਭੇਜਿਆ ਤਾਂ ਛਕ ਲੈ ਹਾਂ ਗਰਮੀਆਂ ਲਿਆ ਬਿਨਾ ਕਿਤੇ ਕਾਲੇ ਨੂੰ ਲਾ ਕੇ ਫੋਨ ਕਾਲਾ ਵੀ ਗਿਆ ਨਾ ਇੱਥੇ ਲੈਣ ਗਏ ਉਹ ਹਾਂ ਕਿ ਗਰਮੀ ਲਿਆ ਪਛਾਦਾ ਯਾਰ ਇਹਨੇ ਨਾਲ ਸਾਨੂੰ ਆਸਰਾ ਹੋ ਜਾਂਦਾ ਯਾਰ ਇਹਨਾਂ ਨਾਲ ਠੰਡ ਹੈਗੀ ਆ ਹਾਂਜੀ ਵੀਰੇ ਮੈਚ ਬਹੁਤ ਸੁਣੇ ਹੋਏ ਆ ਕੁਲਦੀਪ ਹਾਂਜੀ ਹਾਂਜੀ ਵੀਰੇ ਨਾ ਨਾ ਇੰਨਾ ਨੀ ਓਕੇ ਓਕੇ
ਸਾਹਿਲ ਧੰਨਵਾਦ। ਨੀਰਜ ਸਾਹਮੇ ਕੀ ਹਾਲ ਆ ਵੀਰੇ? ਓ ਸਾਮਾ ਮੇਰੀ ਜਾਨ, ਲਵ ਯੂ। ਕਿਆ ਬਾਤ ਆ ਯਾਰ, ਸਾਹਮੇ ਕੀ ਹਾਲ ਚਾਲ ਹੈ? ਪੰਧੇਰ ਦੀਆਂ ਲਾਈਟਾਂ ਲੱਗੀਆਂ ਹੋਈਆਂ ਤੇ ਦਿਨ ਚਾੜ ਦਿੰਦਾ ਪੰਧੇਰ। ਓ ਸਹਾਰਨ ਮਾਜਰੇ ਵਾਲਾ, ਕਿਆ ਬਾਤ ਆ ਯਾਰ, ਲਾਈਟਾਂ ਸਰਾ ਕਰਾਇਆ ਪਿਆ ਜੱਟ ਨੇ। ਐਂਡ ਜਮਾ ਟਾਪ ਨੌਜ ਕੰਮ ਲਾਈਟਾਂ ਦਾ। ਹਰਪ੍ਰੀਤ ਸਰਾਂ, ਪਾਰਸ ਕੰਬੋਜ ਨਹੀਂ ਆਏ ਵੀਰੇ, ਨਹੀਂ ਆਏ ਪਨੇਰੀ ਵਾਲੇ। ਸਲੀਮ ਸ਼ਾਹ ਸਿੱਧੂ, ਗੋਪਾ ਮਾਨ ਨਹੀਂ ਆਏ ਪਲੇਅਰ। ਹੈਲੋ ਲਾ ਵੀ ਕਿੰਨੇ ਕਿੰਨੇ ਹੋ ਗਏ ਨਾਮੇ ਦੱਸੋ ਪੁਆਇੰਟ। 8-8 ਹੀ ਜੀ, ਬਰਾਬਰੀ ਦੇ ਮੈਚ ਚੱਲੀ ਜਾਂਦਾ, ਬਹੁਤ ਤਕੜਾ ਮੈਚ, ਬਰਾਬਰੀ ਦੇ ਮੈਚ ਖੇਡਿਆ ਜਾ ਰਿਹਾ, ਐਂਡ ਮੈਚ ਚੱਲੀ ਜਾਂਦਾ। ਦੋਨਾਂ ਟੀਮਾਂ ਲਈ ਯਾਰ ਤਾੜੀ ਦਾ ਮਾਰ ਦੋ ਜ਼ੋਰਦਾਰ ਯਾਰ, ਕਿੱਡਾ ਚੋਟੀ ਦਾ ਮੈਚ ਦਿਖਾ ਰਹੇ ਮੁੰਡੇ। ਜਿਹੜੇ ਲਾਸਟ 10-15 ਮਿੰਟ ਪ੍ਰਸ਼ਾਦਾ ਪਾਣੀ ਹੋ ਰਿਹਾ ਜੀ, ਹੈਪੀ ਮੱਲੇਗਾ, ਕੋਈ ਵੀਰ ਪ੍ਰਸ਼ਾਦਾ ਪਾਣੀ ਛਕਣ ਵਾਲੀ ਹੋ ਰਹਿੰਦਾ ਤੇ ਜਰੂਰ ਛਕ ਲਓ ਜੀ। ਔਰ ਨਾਲ ਇਧਰ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਪੰਧੇਰ ਸਪੋਰਟਸ ਐਂਡ ਲਾਈਟ ਸਰਵਿਸ, ਕਹਿੰਦੇ ਵੱਡਾ ਨਾਮ ਹੈ। ਐਂਡ ਵਾਲੀਬਾਲ ਦੇ ਵਿੱਚ ਜੇਕਰ ਲਾਈਟਾਂ ਆਈਆਂ ਤੇ ਸਾਡੇ ਬਹੁਤ ਸਤਿਕਾਰਯੋਗ ਡੀਪੀ ਸਾਹਿਬ, ਇਹਨਾਂ ਦੀ ਜਿਹੜੀ ਦੇਣ ਆ, ਜਿਹੜੇ ਹੁਣ ਲਾਈਟਾਂ ਦੇ ਵਿੱਚ ਮੈਚ ਹੋਣ ਲੱਗ ਪਏ ਆ, ਉਧਰਲੇ ਪਾਸੇ ਟੀਮ ਦੇ ਲਈ ਮੈਂ ਤੱਕ ਰਿਹਾ ਵੀ ਚੋਟੀਆਂ ਦਾ ਭਾਊ ਆ ਤੇ ਨਾਲ ਤਰਖਾਣ ਵਾਲੇ ਪਿੰਡ ਦਾ ਕਹਿੰਦੇ ਮੁੰਡਾ ਖੇਡ ਰਿਹਾ, ਵਧੀਆ ਮੈਚ ਖੇਡਿਆ ਜਾ ਰਿਹਾ ਹੈ। ਔਰ ਨਾਲ ਦੂਜੇ ਪਾਸੇ ਬੋਦੀ ਵਾਲ ਦੀ ਟੀਮ ਆ, ਦਵਿੰਦਰ ਵਧੀਆ ਵਧੀਆ ਨਹੀਂ ਆਇਆ ਵੀਰੇ, ਦਵਿੰਦਰ ਭਾਈ ਭਨੇਰੀ ਵਾਲੇ ਨਹੀਂ ਆਏ, ਕੀ ਵਰਗੇ ਮੁੰਡੇ ਖੇਡਦੇ ਆ ਐਦੀ, ਕਿੰਨੇ ਕਿੰਨੇ ਪੁਆਇੰਟ ਹੋ ਗਏ ਇਧਰ ਬਈ? ਪਿੰਡਾ ਸੰਧੂ ਇੱਕ, ਇਧਰ 9, ਇਧਰ 8 ਤੇ 4, ਇੱਕ ਨੰਬਰ ਪਾਰਸ ਕੰਬੋਜ ਪੱਟੀਆਂ ਵਾਲੀ ਸਾਈਡ, ਬਿਲਕੁਲ ਪਾਰਸ, 4 ਪੁਆਇੰਟ ਜਿਹੜੇ ਖੇਡਦੇ ਮੈਦਾਨ ਦੇ ਵਿੱਚ ਮੈਂ ਤੱਕ ਰਿਹਾ ਦੀ ਬੋਦੀ ਵਾਲ ਦੀ ਟੀਮ ਦੇ ਆ, ਜਿਹੜੀ ਜਿੱਤ ਗਈ ਟੀਮ ਵੀਰੇ ਉਹਦਾ ਅੱਗੇ ਮੈਚ ਖੇਡਿਆ ਜਾਣਾ ਬਈ ਫਿਰੋਜ਼ਪੁਰ ਦੀ ਟੀਮ ਦੇ ਨਾਲ। ਕੁਆਟਰ ਕਿੰਨੇ ਰਹਿ ਗਏ ਦਸ਼ਾਦ? ਵਾਹ ਬਾਈ ਵਾਹ, ਇੱਧਰ ਇੱਕ ਪੁਆਇੰਟ ਹੈ ਕਾਲੀ ਵਾਲਾ ਜੱਸੇ ਦੀ ਟੀਮ ਦਾ, 4 ਨੰਬਰ ਆ ਜਿਹੜੇ ਖੇਡਦੇ ਮੈਦਾਨ ਦੇ ਵਿੱਚ ਬੋਦੀ ਵਾਲ ਦੀ ਟੀਮ ਦੇ। ਰਾਜਸਥਾਨ ਦੇ ਕਹਿੰਦੇ ਵੱਡੇ ਵੱਡੇ ਕੱਪਾਂ ਦੇ ਮੰਗ ਹੁੰਦੀ ਹੈ, ਔਰ ਕਹਿੰਦੇ ਟੌਪ ਦੀ ਟੀਮ ਬਣਾ ਕੇ ਲੈ ਕੇ ਆਏ ਮੁੰਡੇ। ਹਾਂਜੀ ਸਰ, ਹੰਬੜਾਂ ਵਾਲੇ ਬਾਬਾ ਜੀ ਵੱਲੋਂ ਨਿੱਕਾ ਬਾਲ ਫਾਈਨਲ ਤੇ ਜਾਂਦਾ ਬਾਲ ਪੇਪਰ ਨਾਲ ਸਨਮਾਨ। ਹੰਬੜਾਂ ਵਾਲੇ ਬਾਬਾ ਜੀ ਸਾਡੇ ਬਹੁਤ ਸਤਿਕਾਰਯੋਗ ਬਾਬਾ ਬਲਵੀਰ ਸਿੰਘ, ਹੰਬੜਾਂ ਵਾਲੇ ਬਾਬਾ ਜੀ ਦੀ ਕਰੀਏ ਅਨਾਉਂਸਮੈਂਟ ਮੇਰਾ ਬਾਈ ਸੋਹਣਾ ਮੇਰਾ ਵੀਰ। ਨਾਲ ਹੀ ਉੱਧਰ ਹੰਬੜਾਂ ਵਾਲੇ ਸਾਡੇ ਬਾਬਾ ਜੀ, ਉਹ ਕਹਿ ਰਿਹਾ ਵੀ ਜੇ ਬਾਸੀਆਂ ਵਾਲਾ ਨਿੱਕਾ ਚ ਫਾਈਨਲ ਖੇਡਦਾ ਤੇ ਵਾਲ ਪੇਪਰ ਨਾਲ ਸਨਮਾਨ ਕਰਾਂਗੇ ਆਪਾਂ ਨਿੱਕੇ ਦਾ, ਜਿਹੜਾ ਮੁੰਡਾ 10 ਨੰਬਰ ਦੀ ਜਰਸੀ ਚ ਖੇਡਦਾ ਹੈ। ਇੱਕ ਕਹਿੰਦੇ ਨਿੱਕਾ ਗੁਰਪ੍ਰੀਤ, ਕਹਿੰਦੇ ਆਉਂਦੇ ਸਾਲ ਬਾਸੀਆਂ ਦੇ ਗੁਰਪ੍ਰੀਤ, ਦੱਸਦੇ ਵੀਰੇ ਇੱਕ ਮਿੰਟ ਸਕੋਰ, ਬੁਲਟ ਮੋਟਰਸਾਈਕਲ ਹਰਮਨ ਬਰਾੜ ਵੱਡੀ ਖੇਡਾ ਮੁੰਡਾ, ਉਧਰ ਮੁੰਨਾ ਲਾਈਵ ਕਰਦਾ ਵੀਰੇ, ਉਧਰ 9 ਹੈ ਤੇ ਉਧਰ 8 ਹੈ ਔਰ ਨੰਬਰ 10 ਮਾਂ ਕਹਿੰਦੇ ਵੱਡਾ ਹੌਸਲਾ ਬਣ ਜਾਊਗਾ ਹੰਬੜ ਵਾਲੇ ਬਾਬਾ ਜੀ, ਕਹਿੰਦੇ ਵੀ ਨਿੱਕੇ ਦਾ ਮਾਣ ਆਪਾਂ ਵਾਲ ਪੇਪਰ ਨਾਲ ਕਰਨਾ ਹੈ ਜੇ ਨਿੱਕਾ ਜੋ ਫਾਈਨਲ ਖੇਡੇ। ਇਧਰ ਭੱਟੀਆਂ ਵਾਲਾ ਕਹਿੰਦੇ ਕੋਮਲ ਗਵਰ, ਜਿਹੜੀ ਇਹਨਾਂ ਚੋਂ ਜ਼ਿੰਦਗੀ ਵੀਰੇ ਭੱਟੀਆਂ ਤੇ ਫਰੋਸ਼ਾਂ ਦੀ ਬੀ ਟੀਮ ਦਾ ਜਿਹੜਾ ਮੈਚ ਚੱਲੀ ਜਾਂਦਾ ਹੈ
ਜਿਹੜਾ ਇਹਨਾਂ ਚੋਂ ਜਿੱਤ ਗਿਆ ਵੀਰੇ ਉਹਨਾਂ ਦਾ ਅੱਗੇ ਮੈਚ ਨੱਥੂ ਵਾਲਾ ਗਰਬੀ ਦੀ ਟੀਮ ਦੇ ਨਾਲ ਖੇਡਿਆ ਜਾਊਗਾ। ਇਹ ਨੋਟ ਕਰ ਲਓ ਮੇਰਾ ਵੀਰ, ਸੈਮੀ ਦੀਆਂ ਟਾਈਆਂ ਕੱਢੀਆਂ ਗਈਆਂ। ਇੱਧਰ 12 ਪੁਆਇੰਟ ਆ ਜਿਹੜੇ ਪੱਟੀਆਂ ਦੀ ਟੀਮ ਦੇ, ਔਰ 8 ਨੰਬਰ ਆ ਜਿਹੜੇ ਫਰੋਸ਼ਾਂ ਦੀ ਬੀ ਟੀਮ ਦੇ, 4 ਪੁਆਇੰਟਾਂ ਦਾ ਫਰਕ ਆ। ਨੰਬਰ 13 ਮੈਂ ਵੀ ਨਿੱਕਿਆ ਜੇ ਤੂੰ ਜੋੜ ਗਿਆ ਨਾ ਤੇ ਤਾੜੀਆਂ ਬਿਨਾਂ ਕਹੇ ਤੋਂ ਵੱਜਣਗੀਆਂ ਤੇਰੇ ਲਈ, ਵੀ ਤਾੜੀਆਂ ਜਦ ਵੀ ਵੱਜਦੀਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆਂ ਦਾ। ਇਹ ਦੁਨੀਆਂ ਪੂਜਦੀ ਯੋਧਿਆਂ ਨੂੰ, ਕੋਈ ਨਾਮ ਨੀ ਲੈਂਦਾ ਭੱਜਿਆਂ ਦਾ, ਤੇ ਪੰਜੇ ਸ਼ੇਰਾਂ ਵਾਂਗਰਾਂ ਲੜਦੇ ਨੇ। ਅੱਜ ਚਮਕੂ ਕੌਣ ਸਿਤਾਰਾ, ਅੱਡੀ ਚੋਟੀ ਦਾ ਜ਼ੋਰ ਵੀ ਲੱਗਣਾ, ਉਹ ਦੁਨੀਆਂ ਖੜ ਕੇ ਦੇਖੂ ਕੁੱਲ ਨਜ਼ਾਰਾ, ਅੱਡੀ ਚੋਟੀ ਦਾ ਜ਼ੋਰ ਵੀ ਲੱਗਣਾ, ਦੁਨੀਆਂ ਖੜ ਕੇ ਵੇਖੂ ਕੁੱਲ ਨਜ਼ਾਰਾ, ਨਜ਼ਾਰਾ ਦਾ ਕਹਿੰਦੇ ਬੱਜਿਆ ਪਿਆ ਅੱਜ ਗਿੱਲਾਂ ਦੀ ਧਰਤੀ ਭੱਟੀਆਂ ਵਾਲਾ, ਉਹ ਕੋਮਲ ਮੁੰਡਾ ਕਹਿੰਦੇ ਗਰੇਵਾਲ ਪਰਿਵਾਰ ਦਾ ਲੁਧਿਆਣੇ ਵਾਲਾ ਬੱਲੇ ਬੱਲੇ ਕਰਵਾ ਰਿਹਾ। ਇੱਕ ਕੰਨੀ ਵਾਲ ਜੇ ਲਾਗੀ ਨਾ ਚੰਦ ਬਾਜੇ ਵਾਲੇ ਤੇ ਧੰਨ ਧੰਨ ਹੋ ਜੂਗੀ ਕੋਮਲ, ਉਹ ਕਾਰਨ ਟਰਾਈ ਸੋਨਿਆ ਵੀਰਾ, ਵੇਖਾ ਚੰਦ ਬਾਜੇ ਵਾਲਾ ਕਿੱਥੇ ਕਿਤੇ ਖੜਾ। ਇੱਕ ਕੰਨੀ ਵਾਲ ਜੇ ਤੂੰ ਲਾਵੇ ਤੂੰ ਵੀ ਖੱਬੀ ਖਾਨ ਖਵਾਉਣਾ ਹੈ ਆਪਣੇ ਆਪ ਨੂੰ, ਜਾਂ ਫਿਰ ਕਹਿ ਵਾਸੀਆਂ ਬੇਟ ਪਿੰਡ ਦੇ ਨਿੱਕੇ ਨੂੰ ਜੀਤੇ ਦੇ ਅੱਜ ਮਾਣ ਕਰਕੇ ਤੂੰ ਸੱਦਿਆ, ਵੀ ਹੁਣ ਤੇ ਕੁਝ ਨਾ ਕੁਝ ਕਰਕੇ ਦਿਖਾਉਣਾ ਪਊਗਾ, ਵੀ ਸੂਰਜ ਤਾਂ ਰਹਿੰਦੇ ਯਾਰੋ ਰੋਜ਼ ਢਲਦੇ, ਪਰ ਸੂਰਮੇ ਜੋ ਆਪਣੀ ਹੀ ਚਾਰ ਚੱਲਦੀ, ਕੁਝ ਵੱਖਰਾ ਕਰਾਂਗੇ ਉਸ ਜੱਗ ਤੋਂ, ਆਓ ਬਾਕੀ ਚੋਦਿਆਂ ਦੀ ਵੱਖਰੀ ਤੇ ਗੱਲਾਂ ਵੀ ਉਹਨਾਂ ਦੀ ਹੁੰਦੀਆਂ, ਆਓ ਜਿੰਨਾ ਵਿੱਚ ਕੋਈ ਕਮਲ ਵਰਮਾ, ਪਾਰਸ ਕੰਬੋਜ, ਰਵਿੰਦਰ ਕੰਬੋਜ, ਸੰਦੀਪ ਭੈਣੀ ਬੱਲੇ ਭੈਣੀ ਵਾਲਾ ਸੰਦੀਪ, ਉਧਰ ਭੈਣੀ ਵਾਲਾ ਕਹਿੰਦੇ ਸੰਦੀਪ ਵੀ ਆ ਲਾਈਵ ਤੇ, ਬਹੁਤ ਵੱਡਾ ਧੰਨਵਾਦ ਮੈਂ ਕਰਾਂਗਾ, ਸੰਦੀਪ ਵੀ ਆ ਗਿਆ ਭੈਣੀ ਵਾਲਾ, ਬਹੁਤ ਵੱਡਾ ਧੰਨਵਾਦ ਮੈਂ ਕਰਾਂਗਾ। ਇਧਰ 12 ਤੇ 8 ਚਾਰ ਪੁਆਇੰਟਾਂ ਦਾ, ਵਧੀਆ ਵਧੀਆ ਸੰਦੀਪ ਭੈਣੀ, ਔਰ ਥੋੜੀ ਜੱਟਾ ਕੀਤੀ ਗੱਭਰੂਆਂ ਨੇ 12-8, ਰਕੇਸ਼ ਵਧੀਆ ਵਧੀਆ, ਅਮਨਦੀਪ ਕੰਬੋਜ ਵਧੀਆ ਵਧੀਆ, ਅਮਨਦੀਪ ਇਕਬਾਲ ਸਿੱਧੂ ਗੋਨਣ ਪੁਆਇੰਟ, ਇਧਰ 12 ਉਧਰ 8 ਇਕਬਾਲ, ਗੋਗਾ ਸੰਧੂ ਕੀ ਹਾਲ ਹੈ ਗੋਗਾ ਸੰਧੂ, ਉਹ ਵੱਡੀ ਗਿਣਤੀ ਜੁੜਿਆ ਭਰਾ ਸਾਰੇ ਵਾਲੀਬਾਲ ਛੁੱਟੀਆਂ ਨੂੰ ਫਾਇਰ ਪੇਜ ਤੇ, ਬਹੁਤ ਵੱਡਾ ਧੰਨਵਾਦ ਆ ਜਿੰਨੀ ਵੀ ਸਾਰੇ ਵੀਰਾਂ ਦਾ ਦਿਲੋਂ ਮੈਂ ਧੰਨਵਾਦ, ਕੀ ਬਾਤ ਹੈ। ਇਧਰ ਜ਼ਿਲ੍ਹਾ ਲੁਧਿਆਣਾ ਤੇ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਟੀਮਾਂ ਦੀ ਕਹਿੰਦੇ ਵੱਡੀ ਟੱਕਰ ਆ, 12 ਤੋਂ 13 ਆਪ ਵੀ ਹੋਣੇ ਇਹਦੇ ਕਰਨੇ ਪੈਣਗੇ ਭੱਟੀਆਂ ਵਾਲਿਆ, ਉਧਰ 8 ਪੁਆਇੰਟ ਫਿਰੋਜ਼ਾ ਵੀ ਦੇ, ਇਧਰ 12 ਪੁਆਇੰਟ ਭੱਟੀਆਂ ਵਾਲਿਆਂ ਦੇ, ਅੜਿਆ ਖੜਾ ਮੈਚ ਮੁੜ ਕੇ ਨਾ ਸਿਰਾ ਟੱਕ ਵਿੱਚ, ਕਲੋਜ਼ ਫਾਈਟਰ ਨਹੀਂ ਆਇਆ ਵੀਰੇ, ਗੋਪਾ ਮਾਨ ਨਹੀਂ ਆਇਆ ਵੀਰੇ, ਪ੍ਰੈਸ ਵਾਲੀਬਾਲ ਲੱਗਿਆ ਵੇਲਾ, ਆਓ ਮੁੜ ਕੇ ਕੰਪਿਊਟਰ ਭਨੇਰੀ ਸਾਲੂ ਨਹੀਂ ਆਇਆ ਬਾਈ, ਲੱਗਿਆ ਵੇਲਾ ਮੁੜ ਕੇ ਨਹੀਂ ਹੱਥ ਆਉਂਦਾ, ਇਹ ਕਹਿੰਦੇ ਸਿਆਣਿਆਂ ਨੇ ਤੱਤ ਕੱਢਿਆ, ਲਓ ਸਾਹਮਣੇ ਸਵਾਰ ਜਿਹੜਾ ਵੱਜਿਆ ਪਿਆ ਨੰਬਰ 12 ਤੋਂ 13, 12 ਤੋਂ 13, 12 ਤੋਂ 13 ਪੱਟੀਆਂ ਵਾਲਾ, ਆਓ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ, ਅੱਜ ਕਹਿੰਦੇ ਗਿੱਲ ਪਿੰਡ ਦੀ ਧਰਤੀ ਤੇ, ਆਓ ਕਹਿੰਦੇ ਟੀਮਾਂ ਸਾਹ ਮੈਚ ਨੇ ਦੁੱਖ ਤੋੜ ਦਿਆ, ਪੁੱਤੀਆਂ ਬਣ ਕੇ ਆਈਆਂ ਨੇ ਸੁੱਖੇ, ਕੀ ਵਾਲਾ ਵੀਰੇ ਕਮਲ ਚਾਂਦੀ ਵਾਲੇ ਮੁੰਡੇ ਬਿਲਕੁਲ ਨੇੜੇ ਆ ਜਾਓ ਜੀ, ਬਾਬਾ ਧੰਨਵਾਦ ਜੀ, ਜਸ ਬਰਾੜ ਨੰਬਰ 1 ਦੇ ਬਿਲਕੁਲ, ਧੰਨਵਾਦ ਧੰਨਵਾਦ ਗੋਬਿੰਦ ਬਰਾੜ, ਨਿਰਮਲ ਗਰੇਵਾਲ ਕੈਪਸ਼ਨ ਚੈੱਕ ਕਰ ਲਿਆ ਕਰੋ ਵੀਰੇ, ਕਪਲ ਸਿਆ 13 ਪੁਆਇੰਟ ਹੋ ਗਏ ਵੀਰੇ, ਵਾਹ ਭਾਈ ਵਾਹ, 13 8 ਹੋ ਗਿਆ ਪੁਆਇੰਟ, ਬਾਬਾ ਜੀ ਦਾ ਕੰਮ ਚੱਲ ਪਿਆ ਕੰਮ, ਇਧਰੋਂ ਮੁੰਡਿਓ ਦੋਵੇਂ ਪਾਸਿਓਂ ਫੁੱਲ ਫਾਈਟ, ਲਓ ਟਾਈਮ ਆਊਟ ਦੀ ਮੰਗ ਹੈ,
ਵੀਰੇ ਗਰਾਊਂਡ ਨੰਬਰ 1 ਦੇ ਵੀ ਦੱਸੋ ਜੀ ਪੁਆਇੰਟ ਕਿੰਨੇ। ਹਾਂਜੀ ਵੀਰੇ ਨੰਬਰ ਗਰਾਊਂਡ ਚੱਪੜ ਸਿਆਗ ਵਧੀਆ ਵਧੀਆ ਬਾਈ ਜਿਹੜਾ ਮੈਚ ਉਧਰ ਚੱਲ ਰਿਹਾ ਵੀਰੇ ਦਲਪ੍ਰੀਤ ਉਦੀ ਵਾਲਾ ਤੇ ਤਲਵੰਡੀ ਵਾਲਾ ਦਿਲਸ਼ਾਦ ਦਾ ਕਮੈਂਟਰੀ ਤੇ ਉਹਦੇ ਵੀ ਨੰਬਰ ਮੇਰਾ ਵੀਰ ਬਣ ਕੇ ਸਾਂਝੇ ਕਰ ਦੀਜੀ ਤਲਵੰਡੀ ਵਾਲਾ ਦਿਲਸ਼ਾਦ ਕਹਿੰਦੇ ਸਾਰੀ ਸੰਗਤ ਬੰਬੇ ਦੀ ਧਰਤੀ ਤੇ ਖੜਦੇ ਬਣੇ ਨਾ ਕਿ ਨਾਤੇ ਬੰਬੇ ਦੀ ਧਰਤੀ ਤੇ ਵਾਹ ਬਾਈ ਵਾਹ ਮੁੰਬਈ ਤੇ ਆਉਣਾ ਜ਼ਰੂਰ ਮੁੰਬਈ ਮੇਰੀ ਜਾਨ ਬੀਚ ਤੇ ਟੂਰਨਾਮੈਂਟ ਹੈ ਅੱਖਾਂ ਮੁੰਬਈ ਅੱਖਾਂ ਮੁੰਬਈ ਮੇਰੀ ਜਾਨ ਧੂੜ ਵੇਖੀ ਉੱਡਦੀ ਮੁੰਡਿਓ ਇਹ ਨੀ ਪਤਾ ਉਧਰੋਂ ਖਬਰਾਂ ਜੀਆਂ ਭੈੜੀਆਂ ਭੈੜੀਆਂ ਜੀ ਆਈ ਜਾਂਦੀਆਂ ਸੀ ਉਹ ਬੱਲੇ ਮੁੰਡਿਓ ਭਗਤ ਸਿੰਘ ਦੁੱਗ ਬਾਈ ਧੰਨਵਾਦ ਸੋਮਵੀਰ ਸ਼ਰਮਾ ਮਨਪ੍ਰੀਤ ਬਾਗੜੀ ਰਾਜਪਾਲ ਵਰਮਾ ਸੋਮਵੀਰ ਰਾਜਵੀਰ ਰਜੀਵ ਬਾਈ ਬਾਬਾ ਜਿਸ ਕਾਰਨ ਬਾਬਾ ਧੰਨਵਾਦ ਸ਼ੁਕਰੀਆ ਵੀਰੇ ਆਓ ਬੱਲੇ ਦੋਵੇਂ ਪਾਸਿਓਂ ਫੁੱਲ ਵਾਈਟ ਉਧਰ ਫਰੋਸ਼ਾ ਬੀ ਟੀਮ ਇਧਰਲੀ ਸਾਈਡ ਤੇ ਪੱਟੀਆਂ ਵਾਲੇ ਇਧਰ 13 ਉਧਰ 8 ਪੁਆਇੰਟ ਲਵਦੀਪ ਸੈਂਟਰ ਚ ਉਧਰ ਲੱਭਾ ਫਰੋਸ਼ਾ ਕਿੰਦਾ ਸੇਮਾ ਚੁੱਕਿਆਂ ਵਾਲਾ ਆਓ ਬੱਲੇ ਕਮਲ ਗਰਕਾਂ ਵਾਲਾ ਸੈਂਟਰ ਚ ਮੁੰਡਾ ਲੁਧਿਆਣੇ ਵਾਲੇ ਤੇਜੀ ਪੱਟੀਆਂ 16 ਨੰਬਰ ਕੈਟ ਐਨ ਫਿੱਟ ਆ ਮੁੰਡਾ ਕਿਆ ਬਾਤ ਆ ਖੱਚਾ ਮੁੰਡਿਆ ਦੋਵੇਂ ਪਾਸਿਓਂ ਨਜ਼ਾਰੇ ਬਣੇ ਪਏ ਆ ਤਲਵੰਡੀ ਵਾਲਿਆ ਆਹ ਤਲਵੰਡੀ ਵਾਲਿਆ ਮੁੰਡੇ ਕਹਿੰਦੇ ਲੁਧਿਆਣੇ ਵਾਲੇ ਆ ਆਹ ਕਹਿੰਦੇ ਤੈਂ ਤੋੜੀ ਤੁਰੇ ਆਉਂਦੇ ਆ ਜਿਹਦੇ ਰਾਜਪਾਲ ਦੇ ਚਹੇਤੇ ਪੰਜਾ ਪਿਆ ਖੇਡ ਵਾਲੀਬਾਲ ਦਾ ਕਹਿੰਦੇ ਵੱਡੀਆਂ ਟੀਮਾਂ ਦੀ ਵੱਡੀ ਗੱਲ ਆ ਛੋਟੀ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਲਾਲ ਚਹਿਰ ਬਈ ਗੁੱਪਮਾਨ ਨਹੀਂ ਆ ਵੀਰੇ 14 ਪੁਆਇੰਟ ਕੌਣ ਜੋੜਦਾ ਆਪਣੀ ਟੀਮ ਗੁੱਪਮਾਨ ਨਹੀਂ ਆ ਬਈ 13 ਪੁਆਇੰਟ ਆ ਜਿਹੜੇ ਭੱਟੀਆਂ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੀ ਟੀਮ ਦੇ ਔਰ 8 ਪੁਆਇੰਟ ਆ ਜਿਹੜੇ ਉਹ ਫਰੈਂਡਸ ਕਲੱਬ USA ਆਸਟ੍ਰੇਲੀਆ ਦੀ ਟੀਮ ਦੇ ਆ 5 ਪੁਆਇੰਟਾਂ ਦੀ ਜਿਹੜੀ ਲੀਡ ਬਣਾ ਲਈ ਮੁੰਡਿਆਂ ਨੇ 13-14 ਉਹ ਕੋਮਲਾ ਮੁੰਡਾ ਕਹਿੰਦੇ ਗਰੇਵਾਲ ਪਰਿਵਾਰ ਦਾ ਉਧਰ ਚੰਗਣ ਵਾਲਾ ਕਹਿੰਦੇ ਜਸਕਰਨ ਵੀ ਲਾਈ ਤੇ ਆ ਤੇ ਸਾਡੇ ਹੱਬੜ ਵਾਲੇ ਬਾਬਾ ਜੀ ਕਹਿੰਦੇ ਵੀ ਬਾਸੀ ਵਾਲੇ ਨਿੱਕੇ ਦਾ ਮਾਣ ਕਰਨਾ ਆਪਾਂ ਜੇ ਮੁੰਡਾ ਜੋ ਫਾਈਨਲ ਖੇਡੇ ਤੇ ਇੱਕ ਸੋ ਹੈਗੇ ਹੈਗੇ ਜਗਦੀਪ ਗੱਲ ਬਾਈ ਰਾਜਦੀਪ ਹੈਗਾ ਬੁਈਆਂ ਵਾਲਾ ਰਾਜਦੀਪ ਜਨੇਤ ਭਰਾ ਵਧੀਆ ਵਧੀਆ ਰਾਜਦੀਪ ਜਨੇਤ ਭਰਾ ਦੀ ਮਾਨ ਵਧੀਆ ਵਧੀਆ ਦੀਪ ਗੈਰੀ ਬਾਰਾ ਸਿੰਘ ਕੀ ਹਾਲ ਆ ਵੀਰੇ ਕੰਮ ਤੇ ਤੇੜੇ ਤੇੜੇ ਲੱਗ ਜੂਗਾ ਇੱਕ ਅੱਧਾ ਟੱਪਾ 14-8 ਅਭੀ 14 ਹੋ ਗਏ 14-8 ਵਾਹ ਬਾਈ ਵਾਹ 14 ਹੋ ਗਿਆ ਨਵੇਂ ਮੁੰਡਿਆਂ ਬਾਈ ਥੋੜਾ ਜਿਹਾ ਦੇ ਕਸ਼ਟ ਕਰੋ ਯਾਰ ਮੇਰੇ ਕੱਢੋ ਜੇਬਾਂ ਚੋਂ ਹੱਥ ਤਾੜੀ ਦਾ ਮਾਰ ਦੋ ਯਾਰ 14 ਨੰਬਰ ਜੋੜ ਕੇ ਪੱਟੀਆਂ ਵਾਲੇ ਮੁੰਡਿਆਂ ਨੇ ਵੱਡੇ ਵੱਡੇ ਬੱਲਾਂ ਨੂੰ ਕਹਿੰਦੇ ਬੰਨ ਕੇ ਖਿਲਾ ਰਿਹਾ ਪਿਆ ਨੰਬਰ 14 ਹੋ ਗਏ ਮੁੰਡਿਆਂ ਦੇ 14-8 ਲੈ ਵੀ ਕੌਣ ਜਿੱਤ ਗਿਆ ਉਧਰੋਂ ਦਵਿੰਦਰ ਰਾਜਦੀਪ ਜੌਲ ਵਧੀਆ ਵਧੀਆ ਰਾਜਦੀਪ ਮੋਦੀਆਂ ਦੀ ਟੀਮ ਜਿੱਤ ਗਈ ਵੀਰੇ ਫਿਰੋਜ਼ਪੁਰ ਵਾਲੇ ਮੁੰਡੇ ਪਹੁੰਚੋ ਬਾਈ ਜੀ ਉਧਰ ਮੋਦੀਆਂ ਦੇ ਫਿਰੋਜ਼ਪੁਰ ਜਲਦੀ ਦੇ ਨਾਲੇ ਲਾਸਟ ਕੁਆਟਰ ਫਾਈਨਲ ਮੈਚ ਆਪਾਂ ਖੇਡ ਲਈਏ ਮੋਦੀਆਂ ਦੇ ਫਿਰੋਜ਼ਪੁਰ ਦੀਆਂ ਟੀਮਾਂ ਬਾਈ ਵਧੀਆ ਵਧੀਆ ਰਾਜਦੀਪ ਸ਼ੁਕਰੀਆ ਵੀਰੇ ਹਰਮਨ ਸਿੱਧੂ ਨਹੀਂ ਆਏ ਵੀਰੇ ਹਰਮਨ ਤੇਰੇ ਪਿੰਡ ਵਾਲੇ ਮੁੰਡੇ ਹਜੇ ਮਿਹਨਤ ਲਾਉਂਦੇ ਆ ਤਿਆਰੀ ਲਾਉਂਦੇ ਮੁੰਡੇ ਲੈ ਵੀ ਬੋਦੀਆਲ ਦੀ ਟੀਮ ਗਰਾਊਂਡ 'ਚ ਰਵੇ ਫਿਰੋਜ਼ਪੁਰ ਵਾਲੇ ਮੁੰਡੇ ਕਿੱਥੇ ਆ ਜੀ ਬੋਦੀਆਲਾ ਦੇ ਫਿਰੋਜ਼ਪੁਰ ਬਾਈ ਕਰਾਓ ਮੈਚ ਸ਼ੁਰੂ ਲਵਦੀਪ ਲਵਦੀਪ ਬਾਲ ਮਾਰ ਗਿਆ ਚੇਂਜ ਆ ਜੀ ਠੀਕ ਹੈ ਪਿੰਦੇ ਕਰਾ ਦੀ ਮੈਚ ਮੇਰਾ 8-14 ਚੇਂਜ ਹੈ ਧੰਨਵਾਦ ਹੋਊਗਾ ਸੋਹਣੇ ਵੀਰ ਤੇਰਾ ਆਓ ਬਾਈ ਟਾਸ ਕਰ ਲਓ ਭਰਾ ਬਣ ਕੇ ਜਲਦੀ ਦੇ ਨਾਲ ਪੰਮੂ 8-14 ਚੇਂਜ ਹੈ ਵੀਰੇ ਬਾਈ ਟਾਸ ਕਰੋ ਨਾ ਜਾ ਕੇ ਰੈਫਰੀ ਕੋਲ ਮੇਰਾ ਵੀ 8-14 ਚੇਂਜ ਹੈ ਮੇਰੇ ਵੀਰ ਵਰੁਣ ਬਿਸ਼ਨੋਈ ਨਹੀਂ ਆਏ ਬਾਈ ਮੁੰਡੇ ਹਰਿਆਣੇ ਵਾਲੇ
ਉਧਰ ਸਾਰਾ ਫਿਰੋਜ਼ ਸ਼ਾਹ ਲਾਈਵ ਹੈ। ਬਹੁਤ ਧੰਨਵਾਦ ਸਾਡੇ ਬੰਟੂ ਦੇ ਫਾਦਰ ਸਾਹਿਬ, ਸਾਡੇ ਹਰਵਿੰਦਰ ਸਿੰਘ ਐਸ ਆਈ ਸਾਹਿਬ, ਸੁਰਜੀਤ ਸਿੰਘ ਗਿੱਲ ਸਾਹਿਬ। ਹਾਂਜੀ ਹਾਂਜੀ, ਬਾ ਹੁਣ ਨੀ ਲੱਗਦੀ ਠੰਡ ਨਾ, ਹੁਣ ਤਾਂ ਭਾਵੇਂ ਤੂੰ ਸਾਈਬੇਰੀਆ ਦੇ ਵਿੱਚ ਯੂਕੋਤਸ ਸ਼ਹਿਰ ਦੇ ਵਿੱਚ ਭੇਜ ਦੇ ਸਾਨੂੰ, ਰਸ਼ੀਆ ਦੇ ਵਿੱਚ ਹੁਣ ਨੀ ਠੰਡ ਲੱਗਦੀ। ਓਮੀ ਅਕਾਊਂਟ ਭੇਜ ਦੇ ਭਾਵੇਂ, ਹੁਣ ਤਾਂ ਜਿੱਥੇ ਰਿਕਾਰਡ ਬਣਿਆ ਹੋਇਆ ਗਿਆ ਮੈਂਸ 72 ਓਮੀ ਅਕਾਊਂਟ, ਓਮੀ ਅਕਾਊਂਟ ਚ ਭੇਜ ਦੇ ਭਾਵੇਂ ਸਾਈਬੇਰੀਆ ਚ, ਹੁਣ ਨੀ ਠੰਡ ਲੱਗਦੀ। ਜਿਹੜਾ ਸਭ ਤੋਂ ਠੰਡਾ ਸ਼ਹਿਰ ਹੈ ਉਹ ਯੂਕੋਤਸ ਹੈ, ਜਿਹੜਾ ਸਭ ਤੋਂ ਠੰਡਾ ਪਿੰਡ ਹੈ ਉਹ ਓਮੀਆ ਕੌਣ ਹੈ, ਓਮੀਆ ਕੌਣ, ਸਾਈਬੇਰੀਆ ਰਸ਼ੀਆ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜਾਣਕਾਰੀ ਚ ਵਾਧਾ ਕੀਤਾ ਵੀਰਾਂ ਨੇ। ਇੱਕੋ ਇੱਕ ਮੁੰਡਾ ਨਵਦੀਪ ਬਰਾੜ ਆ ਜਿਹੜਾ ਉੱਥੇ ਓਮੀਆ ਕੋਲ ਜਾ ਕੇ ਆਇਆ, ਜਿਹੜਾ ਸਭ ਤੋਂ ਠੰਡੇ ਉੱਥੇ ਜਾ ਕੇ ਨਵਦੀਪ ਬਰਾੜ। ਹਾਂ ਇੱਕੋ ਇੱਕ, ਬਹੁਤ ਬਹੁਤ ਧੰਨਵਾਦ। ਪਹਿਲਾ ਪੰਜਾਬੀ ਆ, ਪਹਿਲਾ ਪੰਜਾਬੀ ਜਿਹੜਾ ਸੋਮੀ ਦਾ, ਤੇ ਥੱਲੇ ਬਰਫ਼ ਬਣ ਕੇ ਡਿੱਗਦਾ ਵੱਡੀ, ਕਹਿੰਦੇ ਮੇਰੇ ਮਿੱਤਰ ਭਰਾ ਸਾਡੇ ਨੇ ਪ੍ਰਾਪਤੀ ਖੱਟੀ, ਇੱਥੇ ਜਾਣ ਵਾਲਾ ਪਹਿਲਾ ਪੰਜਾਬੀ ਨਵਦੀਪ ਬਰਾੜ। ਪਰ ਅੱਜ ਦੇ ਉਹ ਕਹਿੰਦੇ ਗਿੱਲਾਂ ਦੇ ਮੁੰਡਿਆਂ ਦਾ ਪੇਚਾ ਵੱਡਾ ਪਿਆ ਹੋਇਆ ਇਧਰਲੇ ਪਾਸੇ, ਮੁੰਡੇ ਕਹਿੰਦੇ ਇਹਨੂੰ ਸ਼ਹਿਰ ਵਾਲੇ ਕੋਸ਼ਿਸ਼ ਕਰ ਰਹੇ ਆ, ਪਰ ਕਹਿੰਦੇ ਇਧਰਲੇ ਪਾਸੇ ਆਏ ਸੀ ਮੇਰੇ ਮੁੰਡੇ, ਕਹਿੰਦੇ ਕਮਾਲ ਆਏ ਮੁੰਡੇ ਜੰਡਲ ਕੇ, ਵੱਡੇ ਵੱਡੇ ਪੱਲਾਂ ਨੂੰ ਕਹਿੰਦੇ ਰੋਕਿਆ ਹੋਇਆ, ਭਨੇਰੀ ਵਾਲੇ ਨਹੀਂ ਆਏ, ਅਕਸ਼ੇ ਮੋਟੂ ਰਵਿੰਦਰ ਢਿੱਲੋਂ ਤੇ ਗੁੱਜੇ ਤੇ ਕੌਣ, ਹਾਂ 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 ਬਿਲਕੁਲ ਲੱਖੇ ਬਈ ਸਾਨ ਕਰ ਬੋਟਾ ਬਲੂ ਬੇਜ ਵਾਲੇ ਚੱਖੜ ਵਾਲੇ ਆ, ਬਲੂ ਬੇਜ ਵਾਲੇ ਮੁੰਡੇ ਸਾਰੇ ਚੱਖੜ ਵਾਲੇ ਆ, ਰਖਵਿੰਦਰ ਢਿੱਲੋਂ ਤੇ ਜਸਵਿੰਦਰ ਢਿੱਲੋਂ, ਚੰਦ ਬਾਦ ਕੀ ਬਾਤ ਹੈ, ਸੈਂਟਰ ਦੇ ਵਿੱਚ ਤੇ ਹੁਣ ਆ ਗਿਆ ਸਵੀਰ ਚਾਰ ਅੱਗੇ ਨੰਬਰ ਨਾਲ ਜਗਵਾਲ ਸਿੱਧੂ ਬਰਾੜ, ਲੋਕਾਂ ਕਹਿਣਾ ਵੀ ਆਇਆ ਤੇ ਸੀਗਾ ਕਿੱਦਾਂ ਵੀ, ਪਰ ਕਿੱਦੇ ਤੋਂ ਵੀ ਉਹ ਗੱਲ ਜਿਹੜੀ ਬਣੀ ਨਹੀਂ, ਬਿਲਕੁਲ ਬਿਲਕੁਲ ਲੱਖੇ ਉਹ ਸਾਹਮਣੇ ਕਹਿੰਦੇ ਕਮਾਲ ਆ ਸਰਬਜੀਤ 14 ਹੁਣ ਨੀ ਬਰਾੜਾ, ਹੁਣ ਨੀ ਬੋਲਦੇ ਆਪਾਂ, ਹੁਣ ਉਡਾ ਦਾਂਗੇ ਤੂੜੀ ਆਪਾਂ, 14-8 14-8 ਜੀ, ਪੱਟੀਆਂ ਵਾਲੇ ਮੁੰਡੇ ਟਰੈਕ ਤੇ ਉਧਰ ਫਿਰੋਜ਼ਾ 20 ਮੁੰਡੇ, 20 ਵਾਲੇ ਮੁੰਡੇ, ਬਹੁਤ ਤਕੜਾ ਮੈਚ ਚੱਲ ਰਿਹਾ, ਪਤਾ ਕੋਈ ਨੀ ਜਿੱਤਣਾ ਕੀ ਨੇ, ਜਿਹਦੇ ਕਰਮਾਂ ਜਿੱਤ ਲਿਖੀ ਉਹਨੇ ਜਿੱਤ ਜਾਣਾ। ਹਰਵਿੰਦਰ ਸਿੰਘ ਐਸ ਆਈ ਸਾਹਿਬ ਸਾਡੇ ਅੰਕਲ ਜੀ ਉਹ ਵੀ ਲਾਈਵ ਨੇ, ਉਧਰ ਸੁਰਜੀਤ ਸਿੰਘ ਗਿੱਲ ਸਾਹਿਬ ਸਾਡੇ ਉਹ ਵੀ ਲਾਈਵ ਨੇ, ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਤਿਕਾਰਯੋਗ ਸਾਡੇ ਆ, ਸਤਿਕਾਰਯੋਗ ਸ਼ਖਸੀਅਤਾਂ, ਦਿਲ ਦੀਆਂ ਗਹਿਰਾਈਆਂ ਧੰਨਵਾਦ। ਵਾਲੀਬਾਲ ਸ਼ੁਰੂ ਫਾਇਰ ਪੇਜ ਤੇ ਜਸਵਿੰਦਰ ਢਿੱਲੋਂ ਵੱਲੋਂ ਸਵਾਗਤ ਆ ਸਾਰੇ ਭਰਾਵਾਂ ਦਾ, ਬੁਰੀ ਆਇਆ ਵੀਰੇ ਆਇਆ ਕਲ ਗਿਆ ਨਵਦੀਪ ਗਿੱਲ, ਓਕੇ ਓਕੇ ਨਵਦੀਪ ਗਿੱਲ ਕਰਾਉਣੇ ਵੀਰੇ, ਨੌ ਮਿੰਟ ਦੇਰੀ ਸੰਘਾ ਜੋਤ, ਦੀਪ ਸਿੱਧੂ ਸਾਰੇ ਗ੍ਰੀਨ ਟੀ ਸ਼ਰਟ ਵਾਲਾ ਮੁੰਡਾ ਸੇਮਾ ਚੁੱਕਿਆ ਵਾਲਾ, ਇਕਬਾਲ ਗੋਨਿਆਣਾ, ਬਿਲਕੁਲ ਇਕਬਾਲ ਗੋਨਿਆਣਾ ਬਾਈ, ਸ਼ੇਅਰ ਕਰੋ ਤੁਹਾਨੂੰ ਫੇਰ ਮੰਨੀਏ, ਅਰਮਾਨ ਲਾਹੌਰੀਆ, ਜਗਪਾਲ ਓ ਬੱਲੇ, ਜਗਪਾਲ ਖੰਗੂੜਾ USA, ਨਾਲ ਸਰਪੰਚ ਗਿੱਲ UK, ਖੰਗੂੜਾ ਸਾਹਿਬ ਕੀ ਹਾਲ ਚਾਲ ਹੈ, ਕੈਨੇਡਾ ਜਗਦੀਪ ਬਰਾੜ, ਪਵਿੱਤਰ ਗਿੱਲ ਦੇ ਪ੍ਰਕਾਸ਼, ਖੰਗੂੜਾ ਸਾਹਿਬ, ਜਗਪਾਲ ਬਾਈ ਖੰਗੂੜਾ ਸਾਡੇ
ਹੋਰ ਜੀ ਯੂਐਸਏ ਬਹੁਤ ਵੱਡਾ ਧੰਨਵਾਦ ਹੈ ਜਗਪਾਲ ਖੰਗੂੜਾ ਯੂਐਸਏ ਨਿਊ ਜਰਸੀ ਵਾਲੀਬਾਲ ਦੇ ਕਹਿੰਦੇ ਗੋਲਡਨ ਸਪੌਂਸਰ ਹੈ ਤੇ ਜਿਹੜੀ ਗੱਲ ਕਹਿੰਦੀ ਨਾ ਖੰਗੂੜਾ ਨੇ ਉਹ ਕਹਿੰਦੇ ਪੱਥਰ ਤੇ ਲੀਕ ਹੀ ਹੁੰਦੀ ਹੈ ਵੱਡਾ ਧੰਨਵਾਦ ਮੈਂ ਕਰਾਂਗਾ ਜਗਪਾਲ ਖੰਗੂੜਾ ਦੀ ਯੂਐਸਏ ਵਾਲੇ ਉਧਰ ਵੀਰੇ ਮੁੰਨਾ ਲਾਈਵ ਤੇ ਕਰਦਾ ਲਾਈਵ ਕਰਦਾ ਉਹਦਾ ਵੀ ਦਿਲੋਂ ਆਪਦੀ ਆਈਡੀ ਤੋਂ ਕਰਾਂਗਾ ਮੈਂ ਵੀ ਚੱਲ ਪੈਣਾ ਜਪਿੰਦੇ ਇਧਰ ਜਗਪਾਲ ਖੰਗੂੜਾ ਨਾਲ ਹੀ ਉਧਰ ਜਗਦੀਪ ਬਰਾੜ ਸਾਡਾ ਵੀਰ ਕਹਿੰਦਾ ਵੀ ਆਉਂਦੇ ਸਾਲ ਗਿੱਲਾਂ ਦੀ ਸਾਰੀ ਟੀਮ ਦਾ ਸਨਮਾਨ ਜਿਹੜਾ ਆਪਾਂ ਪੰਜ ਪੰਜ ਕਰਾਂਗੇ ਜਗਦੀਪ ਬਰਾੜ ਬੱਲੇ ਬੱਲੇ ਖੰਗੂੜਾ ਸਾਹਿਬ ਕੀ ਹਾਲ ਚਾਲ ਪੰਜਾਬ ਪੁਲਿਸ ਹੁਣ ਆਏ ਆ ਜਗਪਾਲ ਖੰਗੂੜਾ ਬਾਈ ਪਹਿਲਾਂ ਨੀ ਆਏ ਸੀ ਉਧਰ ਵੀ ਜਗਪਾਲ ਬਾਈ ਧੰਨਵਾਦ ਧੰਨਵਾਦ ਸਾਰਿਆਂ ਦਾ ਖੰਗੂੜਾ ਸਾਹਿਬ ਨਿਊ ਜਰਸੀ ਵਾਲੇ ਜੱਟ ਆ ਗਿਆ ਲਾਈਵ ਤੇ ਉਧਰ ਕਿਆ ਬਾਤ ਠੰਡ ਕਿੰਨੀ ਹੋ ਗਈ ਜਗਪਾਲ ਬਾਈ ਸਰੋ ਪੈਣ ਲੱਗ ਗਈ ਕਿ ਨਹੀਂ ਅਰਸ਼ ਚਲਾਉਣਾ ਸਿੱਧੂ ਨੀ ਅਰਸ਼ ਕਲੋਜ਼ ਫਾਈਟਰ ਨਹੀਂ ਆਇਆ ਅੱਜ ਬਾਈ ਗੋਪਾ ਮਾਨ ਵੀ ਨੀ ਆਇਆ ਕੰਪਿਊਟਰ ਸ਼ਾਲੂ ਵੀ ਨੀ ਆਇਆ ਬਾਈ ਮੁਕੇਸ਼ ਬਜ਼ਾਰ ਨੀ ਆਇਆ ਅਮਨ ਗਿੱਲ 15-8 ਆਹ 15-8 ਹੋ ਗਏ ਪੱਟੀਆਂ ਵਾਲਿਆਂ ਦੇ 15-8 ਫਿਰੋਜ਼ ਸ਼ਾਹ 20-9 ਆ ਜੀ 9 15-9 ਵਧੀਆ ਵਧੀਆ ਜਗਪਾਲ ਭਾਈ ਆਪਣੇ ਦੱਸੋ ਸਨੋ ਸਨੂ ਪੈ ਗਈ ਕਿ ਨਹੀਂ ਵਧੀਆ ਵਧੀਆ ਖੰਗੂੜਾ ਸਾਹਿਬ ਓਕੇ ਰਿਪੋਰਟਾਂ ਜਮਾ ਗੁੱਡ 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 ਵਧੀਆ ਚਾਹੀਦੇ ਆ ਜੀ ਰਵਿੰਦਰ ਨਿਊ ਜਰਸੀ ਬਹੁਤ ਬਹੁਤ ਧੰਨਵਾਦ ਜੀ ਜਗਪਾਲ ਭਾਈ ਭਗਤ ਦੁੱਗ ਨਵਦੀਪ ਗਿੱਲ ਇੱਕੋ ਮਿੰਟ ਨਵਦੀਪ ਇੱਕ ਸੈਕਿੰਡ ਮੇਰਾ ਵੀਰ ਸੁਣ ਹਲੇ ਨੀ ਪਈ ਸਨੋ ਕਹਿੰਦੇ ਹਜੇ ਨੀ ਪਈ ਜਗਪਾਲ ਭਾਈ ਕਹਿੰਦੇ ਕਾਬੂ ਕਰਕੇ ਪਟਾਰੀ ਜਨਾ ਪਾ ਲੈਣ ਮੁੰਡੇ ਪੱਟੀਆਂ ਵਾਲੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਕਹਿੰਦੇ ਵੱਡਾ ਮਾਂ ਮੁੰਡਿਆ ਨੰਬਰ 15-16 ਹੋਣਗੇ ਪਰ ਹੋਣਗੇ ਕਿਸੇ ਗੱਲ ਦੇ ਨਾਲ ਕਿਰਤ ਸਿੱਧੂ ਮੇਰੇ ਮਿੱਤਰੋ 15-16 ਉਹ ਹਾਰ ਕੇ ਕਿਰਤ ਉਹ ਹਾਰ ਕੇ ਮੈਨੂੰ ਲੱਗਦਾ ਬੋਦੀ ਵਾਲੇ ਨੂੰ ਕਿਰਤ ਪਾਸੇ ਸੇਵਾ ਆ ਗਿਆ ਸੈਂਟਰ ਦੇ ਵਿੱਚ ਮਣੀ ਦਾ ਪਿੰਡ ਕਿਹੜਾ ਕਰਦਾ ਹੈ ਸਨਮਾਨ ਨਾਮੇ ਦਾ ਡੰਡ ਲਓ ਦਰਸ਼ਕ ਦੀ ਇੱਕੋ ਮਿੰਟ ਟਰਨਿੰਗ ਪੁਆਇੰਟ ਬਾਬਾ ਬਲਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਬੜਾ ਕੀਮਤੀ ਆ ਦੋਨੋਂ ਟੀਮਾਂ ਦੇ ਲਈ ਜਿਹੜੇ ਪਰ ਸਭ ਨੇ ਫਰੋਸ਼ਾ ਵਾਲਾ ਨਵਦੀਪ ਗਿੱਲ ਜਿੱਤਾ ਨਵਦੀਪ ਗਿੱਲ ਵੱਲੋਂ ਫਰੋਸ਼ਾ ਵੀ ਜਿੱਤੇ 500 ਰੁਪਇਆ ਨਵਦੀਪ ਗਿੱਲ ਵੱਲੋਂ ਨਾਲ ਹੀ ਉਧਰ ਆਪਣਾ ਛੱਲਾ ਜੂਕੇ ਤੋਂ ਲਾਈਵ ਟੱਕਦਾ ਜਿਹੜੇ ਵੱਡੇ ਕੱਪ ਨੂੰ ਆਮਨਾ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਇੰਦਰਜੀਤ ਝੱਖਰ ਵਾਲਾ ਬਹੁਤ ਧੰਨਵਾਦ ਆਪਣਾ ਛੱਲਾ ਯੂਕੇ ਨਵਦੀਪ ਗਿੱਲ ਸਾਡਾ ਵੀਰ ਜੁੜਿਆ ਹੋਇਆ ਜਿਹਦੇ ਵੱਡੇ ਕੱਪ ਦੇ ਨਾਲ ਨਵਦੀਪ ਗਿੱਲ ਵੀ ਐਨਆਰਆਈ ਭਰਾ ਸਾਡੇ ਜੁੜੇ ਇਕੱਲੇ ਇਕੱਲੇ ਵੀਰ ਦਾ ਦਿਲੋਂ ਧੰਨਵਾਦ ਉਧਰ ਨਵਦੀਪ ਯੂਕੇ 500 ਨਵਦੀਪ ਗਿੱਲ ਵੱਲੋਂ ਬੀ ਵਾਲੇ ਜਿੱਤਣ ਜੇ ਬੀ ਵਾਲੇ ਮੁੰਡੇ ਜਿੱਤ ਗਏ ਤੇ ਭਰਾ ਕਹਿੰਦਾ 500 ਦੇਵਾਂਗੇ ਆਪਾਂ ਨਵਦੀਪ ਗਿੱਲ ਨਾਮੇ ਦਾ ਸਨਮਾਨ ਵਾਸੀਆਂ ਦੇ ਕੱਪ ਦੇ ਕਰਦਾ ਇਕਬਾਲ ਗੋਨੇ ਦਾ ਕਹਿੰਦਾ ਨਾਮੇ ਦਾ ਸਨਮਾਨ ਕਰਨਾ ਮੋਟਰਸਾਈਕਲ ਐਂ ਨੀ ਪਤਾ ਕਲੀਅਰ ਕਰ ਲਾ ਮਾੜਾ ਜਿਹਾ ਸਨਮਾਨ ਜਿਹੜਾ ਵੱਡੇ ਪੱਧਰ ਤੇ ਕਰਨਾ ਆਪਾਂ ਵਾਸੀਆਂ ਦੇ ਵੱਡੇ ਕੱਪ ਦੇ ਕੀਤਾ ਜਾਊਗਾ ਇੰਦਰਜੀਤ ਝੱਖਰ ਵਾਲਾ ਬਹੁਤ ਬਹੁਤ ਧੰਨਵਾਦ ਵਾਸੀਆਂ ਦੇ ਵੱਡੇ ਕੱਪ ਦੇ ਭਰਾ ਸਾਡੇ ਕਹਿੰਦੇ ਨਾਮੇ ਦਾ ਔਰ ਇਧਰਲੇ ਪਾਸੇ
ਕਮਾਲ ਦਾ ਨਹੀਂ ਆਇਆ ਵੀਰੇ, ਨਹੀਂ ਆਇਆ ਕੁਲਦੀਪ, ਨਹੀਂ ਆਇਆ ਵੀਰੇ ਬੂਟਾ ਸਤੋਜ, ਦੀਪਾ ਢਿੱਲੋਂ, ਦੀਪ ਢਿੱਲੋਂ, ਤਲਵੰਡੀ ਵਾਲੇ ਹਰ ਗਏ ਮੁੰਡੇ ਫਿਰ ਸੋਨਾ ਵੀਰਾ ਉਧਰ ਦਸ ਪੁਆਇੰਟਾਂ ਫਿਰੋਜ਼ਾ ਬੀ ਦੇ ਇਧਰ 14 ਕੇ 15 ਮੇਰੇ ਖਿਆਲ ਦੇ ਪੱਟ ਗਏ ਆਓ ਫਿਰ ਬਿੱਲੀਆਂ ਅੱਖਾਂ ਦੇ ਵਿੱਚ ਰੜਕੂਗਾ ਜੇ ਜੱਟ ਵਿਗੜ ਗਿਆ ਤੇ ਫਿਰ ਬਿੱਲੀਆਂ ਅੱਖਾਂ ਦੇ ਵਿੱਚ ਰੜਕੂ ਉਧਰ ਲਾਸਟ ਕੁਆਟਰ ਚੱਲ ਰਿਹਾ ਹੈ ਬੋਦੀ ਵਾਲਾ ਤੇ ਫਿਰੋਜ਼ਪੁਰ ਦੀ ਟੀਮ ਦਾ ਗੁੱਪਮਾਨ ਨਹੀਂ ਆਇਆ ਵੀਰੇ ਨਹੀਂ ਆਇਆ ਬਾਈ ਇੱਕ ਦੂਜੇ ਨੂੰ ਕਰਦਾ ਕਰੋ ਰਿਪਲਾਈ ਮੇਰਾ ਵੀਰ ਸਾਰੀ ਅਪਡੇਟ ਦੱਸੀ ਹੋਈ ਹੈ ਤੁਹਾਨੂੰ ਮੇਰੀ ਬੇਨਤੀ ਹੈ ਬਾਈ ਬੇਨਤੀ ਹੈ ਮੇਰੇ ਭਰਾ ਯਾਰ ਇੱਕ ਦੂਜੇ ਨੂੰ ਰਿਪਲਾਈ ਕਰਦਾ ਕਰੋ ਮੇਰੇ ਭਰਾ ਬਣ ਕੇ ਰਾਮਗੜੀਆ ਦੀਪ ਭਜਨ ਮੇਘਵੰਸ਼ੀ ਇੰਦਰਜੀਤ ਮਾਨ ਇੰਦਰਜੀਤ ਝੱਖਰਵਾਲਾ ਢਿੱਲੋਂ ਬਾਈ ਲਾਈਵ ਆ ਸਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਲਖਵਿੰਦਰ ਢਿੱਲੋਂ ਝੱਖਰਵਾਲਾ ਬਹੁਤ ਬਹੁਤ ਧੰਨਵਾਦ ਉਹ ਬੱਲੇ ਆਹ ਚੰਦ ਵੱਜੇ ਵਾਲਿਆ ਇੱਥੇ ਰੱਖ ਕਿਆ ਬਾਤ ਆ ਸੇਮਾ ਚੁੱਗਣ ਵਾਲਾ ਉੱਧਰ ਸੈਂਟਰ 'ਚ ਸੰਗਤ ਜੋਤ ਬਹੁਤ ਬਹੁਤ ਧੰਨਵਾਦ ਉੱਧਰ ਮੁੰਨਾ ਲਾਈਵ ਕਰਦਾ ਵੀਰੇ ਆਪਦੀ ਆਈ ਡੀ ਤੋਂ ਲਾਈਵ ਕਰਦਾ ਮੁੰਡਾ ਸ਼ਹਿਬ ਰੋੜਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਾਈ ਕਰੀਓ ਕਰੀਓ ਸ਼ੇਅਰ ਕਰਾਂ ਖਿੱਚ ਕੇ ਤਰਨ ਪੰਧੇਰ ਲਵਦੀਪ ਥੈਂਕ ਯੂ ਵੀਰੇ ਸਤਿ ਸ਼੍ਰੀ ਅਕਾਲ ਲਵਦੀਪ ਕੀ ਹਾਲ ਆ ਬਾਈ ਤਰਨ ਪੰਧੇਰ ਸ਼ੁਕਰੀਆ ਜੀ ਸ਼ੁਕਰੀਆ ਕੁਆਟਰ ਚੱਲੀ ਜਾਂਦੇ ਆ ਜੀ ਮੇਰੇ ਖਿਆਲ 'ਚ ਆਹ ਮੈਚ ਨੂੰ ਬਹੁਤ ਟਾਈਮ ਹੋ ਗਿਆ ਨਾ ਦਰਸ਼ਾਦ ਹਾਂਜੀ ਬਹੁਤ ਲੰਬਾ ਟਾਈਮ ਹੋ ਗਿਆ ਮੈਚ ਖੇਡੀ ਜਾਂਦੇ ਮੁੰਡੇ ਪਰ ਹਾਲੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਵੀ ਕਿਹੜੀ ਜਿੱਤੂਗੀ ਟੀਮ ਕਿਹੜੀ ਸਿੱਖੂਗੀ ਹਾਲੇ ਤੇ ਤੀਰ ਕਮਾਨ ਦੇ ਵਿੱਚ ਆ ਕੁਝ ਵੀ ਹਰਦੇਵ ਬਾਈ ਚੁੱਗੇ ਹਾਲੇ ਤੇ ਹਰਦੇਵ ਚੁੱਗੇ ਬਾਈ ਕੀ ਹਾਲ ਚਾਲ ਹਰਦੇਵ ਬਾਈ ਕੁਝ ਵੀ ਹੋ ਸਕਦਾ ਤੇ ਹਾਲੇ ਤੇ ਯਾਰ ਮੈਦਾਨ ਦੇ ਵਿੱਚ ਆ ਕੁਝ ਵੀ ਹੋ ਸਕਦਾ ਉਹ ਮੁੰਨਾ ਤਰਖਾਣ ਵਾਲਾ ਆਈਡੀਆ ਦੀ ਮੁੰਨਾ ਤਰਖਾਣ ਵਾਲਾ ਵਰਗੇ ਉਹ ਕਹਿੰਦੇ ਖੇਡ ਦੇ ਮੈਦਾਨ ਪ੍ਰਕਾਸ਼ ਵਧੀਆ ਵਧੀਆ ਨਵਦੀਪ ਗੱਲ ਆ ਬਾਬਾ ਧੰਨਵਾਦ ਔਰ ਨਾਲ ਮੈਂ ਤੱਕ ਰਿਹਾ ਵੀ ਗਿੱਕੀ ਆ ਵੱਡਾ ਕਹਿੰਦੇ ਮੈਚ ਖੇਡਾ ਜਾ ਰਿਹਾ ਟੱਕਰ ਸਿਰੇ ਦੀ ਆ ਆ ਮੈਚ ਜੱਗਾ ਗੱਲ ਯੂਐਸਏ ਪੱਟੀਆਂ ਵਾਲਿਓ ਤੇ ਗੱਲਾਂ ਚੱਲ ਹੋਰ ਜਗਪਾਲ ਬਾਈ ਫੈਲ ਜਾਣਗੀਆਂ ਪਰ ਸਾਹਮਣੇ ਜੱਗਾ ਗੱਲ ਯੂਐਸਏ ਵਾਲਾ ਬਾਈ ਆਪਣਾ ਲਾਈਵ ਇੱਧਰ ਸਾਫ ਹੋ ਗਿਆ ਫਾਉਲ ਹੈ ਉਧਰ ਜੱਗਾ ਗੱਲਾ ਯੂਐਸਏ ਵਾਲਾ ਸਾਡਾ ਵੀਰ ਸਾਫੂ ਵਾਲੀ ਆ ਉਹ ਵੀ ਲਾਈਵ ਤੇ ਆ ਗਿਆ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਜੱਗਾ ਗਿੱਲ ਵੀ ਲਾਈਵ ਤੇ ਆ ਗਿਆ ਇੰਦਰਜੀਤ ਝੱਖਰਵਾਲਾ ਇੰਦਰਜੀਤ ਲਾਈਵ ਹੀ ਆ ਬਾਈ ਝੱਖਰਵਾਲਾ ਗਿਓ ਕਿਹੜੇ ਕਿਹੜੇ ਲਾਈਵ ਆ ਮੁੰਡੇ ਰਾਮ ਲਾਲ ਖਿੱਚੀ ਜੀ ਨਹੀਂ ਆਏ ਜੀ ਨਹੀਂ ਆਏ ਸੁਖਵੀਰ ਚਹਿਲ ਪ੍ਰੀਤ ਵਧੀਆ ਵਧੀਆ ਮੈਂ ਮਾਈਕ ਹੈਲੋ ਪਿੰਡੇ ਕਿੰਨੇ ਕਿੰਨੇ ਪੈਂਡ ਆ ਬਾਈ ਇੱਧਰ ਦੱਸਿਓ ਮੇਰਾ ਵੀਰ ਬਣ ਕੇ ਪਿੰਡਾ ਚੁੱਗੇ ਭਰਾਵਾ ਡਰਾਈ ਦਿੰਦੇ ਉਹਦੀ ਨਿਗਾਹ ਮਾਰਨੀ ਪੈਂਦੀ ਇੱਕ ਅੱਠ ਮਾੜਾ ਮੋਟਾ ਸਹੀ ਚੱਲਦਾ ਉਹਦੀ ਕਿਆ ਹੀ ਸੀ ਅਜੇ ਉਹਦੀ ਸਟੈਲ ਵੱਜ ਗਿਆ ਕਿਆ ਹੀ ਸੀ ਅਜੇ ਉਹਦੀ ਸਟੈਲ ਵੱਜ ਗਿਆ ਪ੍ਰਕਾਸ਼ ਗਿੱਲ ਹੋਣੇ ਸਾਡੀ ਜ਼ਿੰਦਗੀ ਦਾ ਹੋਇਆ ਨਹੀਂ ਕੋਈ ਗੱਲ ਹੋਇਆ ਨਾ ਠੀਕ ਸਾਥ ਦਿੱਤਾ ਸਾਨੂੰ ਚਿੰਤਾ ਨਾ ਕਰਿਓ ਇਧਰ 15 ਨੰਬਰ ਆ ਹੋਇਆ ਨਾ ਠੀਕ ਤਿਆਰੀ ਕੀਤੀ ਹੋਈ ਮੁੰਡਿਆਂ ਨੇ
ਜੇਕੇ ਵਾਲਿਆ ਐ ਨਾ ਕਰ, ਉਹ ਜਿੱਤ ਜਿਹੜੀ ਬੂਹੇ ਵੱਜ ਵੱਜ ਕੇ ਮੁੜਦੀ ਆ, ਜਿੱਤ ਬੂਹੇ ਵੱਜ ਵੱਜ ਕੇ ਮੁੜਦੀ ਪਈ ਆ। ਚੰਦ ਵੱਜਦਾ ਕਿੱਦਾਂ ਚੁੱਕਿਆ ਲਾ ਸੇਮਾ, ਕਦੇ ਟੌਪ ਦੇ ਖਿਡਾਰੀ ਅੱਜ ਖੇਡਦੇ। ਇੱਧਰ ਸਾਈਡਾਂ ਚੇਂਜ ਹੋ ਗਈਆਂ ਬਾਈ, ਬਾਈ ਜੀ ਇੱਕ ਨੰਬਰ ਗਰਾਊਂਡ ਦੇ ਵਿੱਚ ਜਿਹੜੀ ਟੀਮ ਜਿੱਤੇਗੀ ਉਹ ਵਿੱਚ ਹੀ ਰਵੇ ਗਰਾਊਂਡ ਦੇ ਜੀ। ਉਹਦਾ ਅੱਗੇ ਮੈਚ ਕਾਲੀ ਵਾਲਾ ਗੁਰੀ ਦੀ ਟੀਮ ਦੇ ਨਾਲ ਹੈ, ਸੈਮੀ ਮੈਚ ਜੀ। ਕਾਲੀ ਵਾਲਾ ਗੁਰੀ ਇੱਕ ਦੇ ਨੇੜੇ ਆ ਗਏ, ਕੋਈ ਨੀ, ਹੋ ਜਾਣਾ ਹੋ ਜਾਣਾ ਸਾਡਾ। ਮੋਲਕ ਬਾਈ ਧੰਨਵਾਦ ਧੰਨਵਾਦ। ਰਾਮ ਨਿਵਾਸ ਜਾਖੜ ਜੀ, ਹਰਪ੍ਰੀਤ ਸੰਧੂ, ਸ਼ਬਦ ਜੋਤ, ਬਹੁਤ ਧੰਨਵਾਦ ਸਾਰਿਆਂ ਦਾ। ਵਾਲੀਬਾਲ ਸ਼ੂਟਿੰਗ ਔਨ ਫਾਇਰ ਪੇਜ ਤੇ ਧੰਨਵਾਦ ਸਾਰੀ ਸੰਗਤ ਦਾ ਜਿਹੜੇ ਭਰਾ ਆਸੇ ਪਾਸੇ ਬੈਠੇ ਆ। ਇਹਨਾਂ ਮੈਚਾਂ ਨੂੰ ਤੱਕ ਰਹਿਣਾ ਸਾਰੇ ਵੀਰਾਂ ਦਾ ਆਪਾਂ ਦੇਣ ਨਹੀਂ ਦੇ ਸਕਦੇ, ਵੀ ਛੱਡ ਕੰਮ ਕਾਰ ਖੇਡਾਂ ਦੇਖਣ ਲਈ ਆਉਂਦੇ ਆ, ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਆ, ਲੈਣ ਮੈਚਾਂ ਦੇ ਨਜ਼ਾਰੇ ਬਈ ਕੋਈ ਬੈਠ ਖੜ ਕੇ ਤੇ ਬੋਲੇ ਵਾਲੀਬਾਲ ਦਾ ਜਨੂਨ ਬਈ ਹੁਣ ਲੋਕਾਂ ਦੇ ਸਿਰ ਚੜ ਕੇ, ਆਓ ਬੋਲੇ ਵਾਲੀਬਾਲ ਦਾ ਜਨੂਨ ਬਈ ਹੁਣ ਲੋਕਾਂ ਦੇ ਸਿਰ ਚੜ ਕੇ। ਵਾਲੀਬਾਲ ਦਾ ਵੀ ਕਹਿੰਦੇ ਕਰੇਜ਼ ਦਿਨ ਦਿਨ ਵਾਧਾ ਤੁਰਿਆ ਜਾ ਰਿਹਾ ਹੈ, ਪਰ ਥੋੜੀ ਜਿਹੜੀ ਸਮੇਂ ਦੀ ਘਾਟ ਹੈ, ਜੇ ਖਿਡਾਰੀ ਸਮਾਂ ਸਾਂਭਣ ਲੱਗ ਜਾਣ ਤੇ ਖੇਡ ਵਰਗੀ ਵਧੀਆ ਵਧੀਆ ਡਿਪਟੀ ਦੱਸ ਦੇ ਮੇਰੇ ਸਕੋਰ। ਓ ਬੱਲੇ ਲਵਦੀਪ ਲਵਦੀਪ ਵੀਰਿਆ ਵਿਆ ਕੱਢ ਲੈ, ਓ ਲਵਦੀਪ ਅੜੇ ਹੋਏ ਗੱਡੇ ਪੱਥਰ ਦਾ ਕੱਢ ਦਿੰਦਾ ਬੜਾ, ਇਹ ਦਲੇਰੀ ਨਾਲ ਖੇਡਣ ਵਾਲਾ ਦਵਿੰਦਰ ਢਿੱਲੋਂ, ਵਧੀਆ ਵਧੀਆ ਦਵਿੰਦਰ ਢਿੱਲੋਂ, ਸ਼ਬਦ ਜੋਤ ਜੇ ਫੇਰ ਗਿਆ ਉਧਰ 10 ਕੇ 11 ਇਧਰ 14 15 ਮਿਲਦਾ, ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਵੀ ਇਹ ਕੀ ਕਰ ਸਕਦਾ। ਨੰਬਰ 11 ਸਤਨਾਮ ਸੰਧੂ 11 ਹੋ ਗਏ, ਉਧਰ 11 ਹੋ ਗਏ, ਜੰਡਲ ਕੇ ਆਏ ਸੀ ਮੁੰਡੇ ਵੀਰੇ, ਜੰਡਲੇ ਦਾ ਕੀ ਬਣਿਆ ਰਹਿੰਦਾ ਮੈਂ ਜੰਡਲੇ ਦਾ, ਹਰਗੀ ਹਰਗੀ ਵੀਰੇ ਜੰਡਲਾ ਟੀਮ ਗੁਰੀ ਨੂੰ, ਰਮਨ ਸਿੱਧੂ ਵਧੀਆ ਵਧੀਆ, ਰਮਨ ਰਕੇਸ਼ ਕੁਮਾਰ ਬੋਗਰਾਣਾ, ਰਵੀ ਤਵਾੜੀ ਉਧਰ ਸੈਂਟਰ ਚ ਵੀਰੇ, ਸੇਮਾ ਚੁੱਕਿਆ ਵਾਲਾ 11 ਹੋ ਗਏ, 11 15 ਵਾਹ ਬਾਈ ਵਾਹ, 11 ਤੇ 15 11 15 11 ਨੰਬਰ ਆ ਜਿਹੜੇ ਉਧਰ 11 ਫਰੋਸ਼ਾ ਬੀ ਦੇ ਇਧਰ 15 ਪਾਟ ਆ, ਯੂਐਸਏ ਆਸਟ੍ਰੇਲੀਆ ਦੀ ਟੀਮ ਹੈ, ਔਰ ਇਧਰ ਦੇ ਪਾਸੇ 15 ਖੰਜਰਾਲ ਵਧੀਆ ਵਧੀਆ 15 ਦੀ ਸੇ ਸਪੋਰਟਸ ਕਲੱਬ ਦੀ ਟੀਮ ਦੇ ਆ, ਨਿੱਕੇ ਨੇ ਆਪਣੇ ਪਿੰਡ ਦੀ ਬਹੁਤ ਤਕੜਾ ਮੈਚ ਲਾਇਆ, ਉਹ ਸਿਰਾ ਉਹ ਨਿੱਕਿਆ 12 15 ਬੱਬੂ ਆ ਬੰਬੀਹੇ ਵਾਲਾ, ਬੱਬੂ ਸਾਡਾ ਭਰਾ ਕਹਿੰਦਾ ਵੀ ਜੇ ਭੱਟੀਆਂ ਦੀ ਟੀਮਾਂ ਚੱਲਦੇ ਹੋਏ ਮੈਚ ਦੇ ਵਿੱਚ ਉਹ ਜੇਤੂ ਰਹਿੰਦੀਆਂ ਤੇ ਕੋਮਲ ਦਾ ਸਨਮਾਨ 5 ਫੁੱਟ ਦੇ ਕੱਪ ਨਾਲ ਕਰ ਦਿਆਂਗੇ ਆਪਾਂ, ਉਹ ਮਾਣ ਸਨਮਾਨ ਕਹਿੰਦੇ ਵੱਡੇ ਕਰ ਦਿੱਤੇ ਜਾਣਗੇ, ਪਿਆਰ ਸਤਿਕਾਰ ਹੁੰਦਾ ਵੀ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ, ਹੋਰ ਭਲਾ ਕੀ ਦੁਨੀਆਂ ਤੋਂ ਕੋਈ ਲੈ ਜਾਓ ਬੱਲੇ ਰਾਜਵਿੰਦਰ ਬੱਲ ਤੋਂ ਖਾਲੀ ਕੰਮ ਨੂੰ ਕੁਝ ਨਾਲ ਤੇ ਸੱਚੀ ਲੈ ਜਾਂਦਾ, ਉਹ ਤੁਰਿਆ ਫਿਰਦਾ ਇਹਦੀ ਕਿਸੇ ਦੀ ਤਾਕਤ ਹੈ ਨਹੀਂ ਤੇ ਜਿੰਨੇ ਝੱਖੜ ਚ ਹੁੰਦੇ 13 15 ਜਾਂਦਾ 13 15 ਵਿੱਚ ਬਹਿਣ ਲਈ ਬਸ ਕਿਸੇ ਨੂੰ ਜਗ੍ਹਾ ਦਿਓ 13 15 ਹੌਲੀ ਉਹ ਤੁਹਾਡੀਆਂ ਜੜਾਂ ਚ ਬਹਿ ਜਾਂਦਾ 13 15 ਤੇ ਵੀ ਨੁਕਸਾਨ ਤੇਰੇ ਵਿੱਚ ਵੀ ਹੋਵਣਗੇ, ਐਵੇਂ ਨਹੀਂ ਕੋਈ ਕਿਸੇ ਦੇ ਪਵਨ ਸਿੰਘ ਵਿਕਾਸ ਕਸਮਾ ਸੰਜੇ ਸਰਪੰਚ ਪਿਆਰ ਹੀ ਜਿੰਦਰਮਾਨ ਰਹਿ ਜਾਂਦਾ ਸ਼ਿਵਰਾਜ ਬਰਾੜ
ਸੀਆਈਐਸ ਦਾ ਪੀਟੀ ਵਾਲਾ 13-15 ਸ਼ਿਵਰਾਜ ਭਾਈ ਕੀ ਹਾਲ ਚਾਲ ਬੱਲੇ ਰਾਜਵਿੰਦਰ ਬੱਲ ਖਿੱਚ ਖਿੱਚ ਕੇ ਮੈਨੂੰ ਜੱਟਾ ਧੰਨਵਾਦ ਕਰਾਂਗਾ ਨੱਪੀ ਆ ਗਿੱਲੀ ਰੇਸ ਤੇ ਪੈਰ ਰੱਖੀ ਰਾਜਾ ਲਾਲ ਬਾਈ ਕੈਨੇਡਾ ਸਤਵੰਤ ਕੈਨੇਡਾ ਜਸਮਾਨ ਕੈਨੇਡਾ ਭਾਜੀ ਕੈਨੇਡਾ ਇਹਨਾਂ ਸਾਰੇ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਅੱਜ ਦੇ ਵੱਡੇ ਕੰਮ ਦੇ ਲਈ ਹੈ ਤੇ ਨਾਲ ਸੰਦੀਪ ਦਿਓਲ ਰਿੰਕਾ ਗਿੱਲ ਮਨਪ੍ਰੀਤ ਪੰਜਾਬ ਪੁਲਿਸ ਗੋਪੀ ਪੰਜਾਬ ਪੁਲਿਸ ਘੈਂਟ ਗਿੱਲ ਨਾਲ ਜੰਟਾ ਦਿਓਲ ਗੁਰਪ੍ਰੀਤ ਫੁੱਟਬਾਲ ਖਿਡਾਰੀ ਮਾਸਟਰ ਗੁਰਮੀਤ ਜੀ ਨਾਲ ਸੁਖਦੇਵ ਗੁਰਮੇਲ ਗਿੱਲ ਜੀ ਜਗ ਧਾਲੀਵਾਲ ਦੇ ਪਿੰਦਰ ਯੂਕੇ ਇਹਨਾਂ ਸਾਰੇ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਅੱਜ ਦੇ ਵੱਡੇ ਕੰਮ ਦੇ ਲਈ ਬਹੁਤ ਬਹੁਤ ਧੰਨਵਾਦ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਇੱਧਰ 13-15 ਦਾ ਮੁਕਾਬਲਾ ਖੇਡਿਆ ਜਾ ਰਿਹਾ ਭਮੂਰ ਵਾਲੇ ਕੀ ਹਾਲ ਚਾਲ ਹੈ ਰਮਨਦੀਪ ਰੰਧਾਵਾ ਬਾਈ ਉਹ ਭਮੂਰ ਵਾਲੇ ਲਾਈਵ ਉੱਧਰ ਸਿਰਾ ਯਾਰ ਓਕੇ ਜੀ ਓਕੇ ਰਮਨਦੀਪ ਬਾਈ ਜ਼ਰੂਰ ਜ਼ਰੂਰ ਸੰਦੀਪ ਕੰਬੋਜ ਨਹੀਂ ਆਏ ਵੀਰੇ ਸੰਗਰਾਮ ਸਿੰਘ ਥੈਂਕ ਯੂ ਸੰਗਰਾਮ ਸਿੰਘ ਬਹੁਤ ਸਾਰਾ ਮਾਣ ਵੀ ਆਇਆ ਇਹਨਾਂ ਬੋਲਣ ਦਾ ਧੰਨਵਾਦ ਮੈਂ ਕਰਾਂਗਾ ਬਾਈ ਬੱਲੀ ਕੈਨੇਡਾ ਨਾਲ ਬਾਈ ਪੱਪੀ ਦਿਓਲ ਕੈਨੇਡਾ ਬਲਤੇਜ ਬਰਾੜ ਗੁਲਾਬੀ ਵਾਲਾ ਨਾਲ ਬਾਈ ਹਰਜੀਤ ਕੈਨੇਡਾ ਸਤਵੰਤ ਕੈਨੇਡਾ ਕਰਿਓ ਸ਼ੇਰ ਬੜਾ ਖੱਟ ਕੇ ਨਾਲ ਬਾਈ ਭੱਜੀ ਕੈਨੇਡਾ ਔਰ ਨਾਲ ਬਾਈ ਬਲਜੀਤ ਬੁੱਗੀਪੁਰਾ ਗਰੀਸ ਇਹਨਾਂ ਭਰਾਵਾਂ ਦੇ ਵੱਲੋਂ ਵੱਡਾ ਮਾਣ ਜਿਹੜਾ ਨਾ ਪੰਜਾਬੀ ਬੋਲਾਂ ਦੇ ਲਈ ਵੀ ਭੇਜਿਆ ਗਿਆ ਹੈ ਚਲੋ ਮੈਂ ਧੰਨਵਾਦ ਕਰਾਂਗਾ ਵੀ ਹੱਥ ਕਰਦੀ ਨਾ ਅਮਲੀ ਦੇ ਦਈਏ ਚਾਬੀ ਨੂੰ ਮਸ਼ੀਨਰੀ ਚਲਾਉਣ ਦਈਏ ਨਾ ਸ਼ਰਾਬੀ ਨੂੰ ਦਈਏ ਮਾਂ ਵਾਲਾ ਰੁਤਬਾ ਜੀ ਵੱਡੀ ਭਾਬੀ ਨੂੰ ਤੇ ਹੋਰ ਬਾਅਦ ਵਿੱਚ ਪਹਿਲਾਂ ਸਿੱਖੀਏ ਪੰਜਾਬੀ ਨੂੰ ਪੰਜਾਬੀ ਬੋਲਾਂ ਲਈ ਵੀਰਾਂ ਨੇ ਬਹੁਤ ਸਾਰਾ ਮਾਣ ਵਧੀਆ ਵਧੀਆ ਜੰਟਾ ਬਰਾੜ ਦਵਿੰਦਰ ਬਬੀਹਾ ਗਰੁੱਪ ਵਾਲੇ ਭਰਾ ਸਾਡੇ ਸੰਦੀਪ ਕੰਬੋਜ ਪਵਨ ਦੇ ਆ ਗਿਆ ਔ ਕਦੇ ਬਬੀਹੇ ਗਰੁੱਪ ਦੇ ਅਧਿਰੂਪ ਬੰਗੀ ਅਧਿਰੂਪ ਮਾਤਰੀ ਯੂਕੇ ਤੋਤੀ ਅਧਿਰੂਪ ਸਾਡਾ ਭਰਾ ਨਾਲ ਕਾਲਾ ਦੁਬਈ ਤੇ ਲੱਡਾ ਗਿੱਲ ਇਹਨਾਂ ਵੀਰਾਂ ਦਾ ਵੀ ਬਹੁਤ ਕੀ ਹਾਲ ਚਾਲ ਅੱਜ ਦੇ ਵਧੀਆ ਵਧੀਆ ਫੈਜਗੜ ਵਾਲਿਓ ਯੋਗਦਾਨ ਵਾ ਤੁਹਾਡਾ ਲਓ 13 ਤੇ ਕਹਿੰਦੇ 15 ਲਵਦੀਪ ਬੱਲੇ 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 13-15 ਕਿੱਦਾਂ ਤੇ ਸੀਮਾ ਲੱਭਾ ਉਹ ਮੇਰੇ ਮਿੱਤਰੋ ਕਮਾਲ ਹੋ ਗਿਆ ਨੰਬਰ 13-14 ਹੋਣਗੇ ਜਾਂ ਸਰਬ ਚੇਂਜ ਉਹ ਬੱਲੇ ਬੱਲੇ ਲਵਦੀਪ ਲਵਦੀਪ ਉਹਨਾਂ ਦੀ ਤੇਰੇ ਤੇ ਲੱਗਦੀ ਸੁਣਿਆ ਉਹਨਾਂ ਦੀ ਅੱਖ ਮੈਨੂੰ ਹੁਣ ਤੇਰੇ ਤੇ ਲੱਗਦੀ ਆ ਚੰਦ ਬਾਂਝੇ ਵਾਲਾ ਕਿੱਦਾਂ ਤੇ ਕਹਿੰਦੇ ਕਮਾਲ ਹੀ ਕਰੀ ਤੁਰਿਆ ਭੱਟੀਆਂ ਨੇ ਵੀ ਕਮਾਲ ਦੀ ਖੇਡ ਖੇਡੀ 14-15 ਫਾਇਰ ਭੇਜਤੇ ਫਰੋਸ਼ਾ ਦੀ ਪ੍ਰਿੰਟ ਕਾਪੀ ਰਾਈਟ ਹੈ ਵੀਰੇ ਨੋਟ ਰੱਖੋ ਸਾਰੇ ਵੀਰੇ ਵੀਰ ਵਧੀਆ ਵਧੀਆ ਰੁਪਿੰਦਰ ਸਿੱਧੂ ਧੀਰਜ ਬੈਸਟ ਬਿਲਕੁਲ ਨਵਦੀਪ ਗਿੱਲ ਨਾਲ ਦੀ ਵੀਰੇ ਕਾਲੀ ਵਾਲਾ ਗੁਰੀ ਦੀ ਟੀਮ ਆ ਜੇ ਗਰਾਊਂਡ ਨੰਬਰ 1 ਦੇ ਵਿੱਚ ਇਸ ਤੋਂ ਬਾਅਦ ਜੀ ਕਾਲੀ ਵਾਲਾ ਗੁਰੀ ਦੀ ਟੀਮ ਇਸ ਤੋਂ ਬਾਅਦ ਗਰਾਊਂਡ ਨੰਬਰ 1 ਦੇ ਵਿੱਚ ਆ ਜੇ ਮੈਚ ਖੇਡਣ ਦੇ ਲਈ ਔਰ ਜਿਹੜੀ ਟੀਮ ਇਹਨਾਂ ਚੋਂ ਜਿੱਤੇਗੀ 2 ਨੰਬਰ ਗਰਾਊਂਡ ਦੇ ਵਿੱਚੋਂ ਉਹਦਾ ਅੱਗੇ ਮੈਚ ਵੀਰੇ ਨੱਥੋ ਵਾਲਾ ਗਰਬੀ ਦੀ ਟੀਮ ਦੇ ਨਾਲ ਜੱਸੂ ਦੀ ਟੀਮ ਦੇ ਨਾਲ ਖੇਡਿਆ ਜਾਣਾ ਸੋ ਉਹ ਵੀ ਮੇਰੇ ਵੀਰ ਕਿਰਪਾ ਕਰਕੇ ਰੈਡੀ ਰਹਿਣਗੇ ਇੱਧਰ 14-15 ਦਾ ਮੁਕਾਬਲਾ ਖੇਡਿਆ ਜਾ ਰਿਹਾ ਬਹੁਤ ਵਧੀਆ ਟੱਕਰ ਹੈ 14-15 ਲੈ ਵੀ ਇੱਧਰ ਕਿੰਨੇ ਹੋ ਗਏ ਦੱਸੀ ਮੇਰਾ ਵੀਰ ਪਿੰਦੇ ਆ
ਓਏ ਬਿਲਕੁਲ ਹਰਮਨ, ਨੋ ਡਾਊਟ ਅਬਾਊਟ ਇਟ, ਯੈਸ ਇਟ ਇਜ਼ ਬ੍ਰੋ, ਯੈਸ ਇਟ ਇਜ਼। ਵੀ ਬਹੁਤ ਵਧੀਆ ਪ੍ਰਦਰਸ਼ਨ ਕਰੀ ਆਉਂਦੇ ਮੁੰਡੇ, 14-15 ਦੀ ਟੱਕਰ ਹੈ। ਓਏ ਬਹੁਤ ਵਧੀਆ ਮੈਚ ਹੈ, ਔਰ ਜੇ 15-15 ਹੋ ਗਏ ਤੇ ਗੱਲ ਜਿਹੜੀ ਬਿਲਕੁਲ ਟਿਕਾਣੇ ਲੱਗ ਜਾਣੀ ਆ। ਬਰਾਬਰੀ ਦੇ ਮੈਚ ਹੈ, ਦੋਨੋਂ ਟੀਮਾਂ ਦਾ ਜ਼ੋਰ ਬੜਾ ਲੱਗਿਆ ਹੋਇਆ ਹੈ ਤੇ ਲੱਗੇ ਕਿਉਂ ਨਾ ਜਿਹੜੀ ਜਿੱਤ ਗਈ ਟੀਮ ਤੇ ਅੱਗੇ ਸੈਮੀ ਦੀ ਟੇਟ ਜਿਹੜੀ। ਤੇਰੀ ਗੱਲ ਰਹਿੰਦੀ ਲਵਦੀਪ ਕਰਨ ਵਾਲੀ ਯਾਰ, ਵਿੱਚੇ ਰਹਿੰਦੀ ਗੱਲ ਤੇਰੀ ਸੋਹਣਿਆ ਵੀਰਾ, ਉਧਰ ਵੀਰਾਂ ਦੇ ਬੰਦਿਓ ਜੋ ਤੇਰਾ ਮੈਸੇਜ ਆ ਜਾਂਦਾ, ਕਮੈਂਟ ਆ ਜਾਂਦਾ, ਉਦੋਂ ਮੇਰੇ ਯਾਦ ਆ ਜਾਂਦਾ ਯਾਰ। ਪ੍ਰਾਈਜ਼ ਰੱਖੇ ਹੋਏ ਅੱਜ ਦੇ ਵੱਡੇ ਕੱਪ ਦੇ, ਕਰਦੇ ਗੱਲ ਮੈਂ ਕਰਾਂਗਾ ਅੱਜ ਦੇ ਸਿੱਖ ਟੂਰਨਾਮੈਂਟ ਦੇ ਜਿੰਨੇ ਵੀ। ਤੂੰ ਐ ਕਰੀ ਮੇਰਾ ਗੱਲ, ਮੇਰਾ ਵੀਰ ਲਵਦੀਪ, ਤੂੰ ਮੈਨੂੰ ਮੇਰਾ ਬਾਈ ਫੋਨ ਲਾਉਣਾ, ਯਾਦ ਕਰ ਲਾ ਤੂੰ ਆਪਦਾ ਰਿਮਾਈਂਡਰ ਪਾਲਾ ਵਿੱਚ ਆ ਜੋਗੀ। ਗੇਮ ਵੀਰੇ ਪੁਜਾਰੀ ਵੇਟ ਕਰੀ ਮਾੜਾ ਜਾ, ਮੇਰਾ ਵੀਰ ਸੋਹਣਾ ਪੁਜਾਰੀ ਗੰਡੂਆ ਨੰਬਰ 17 ਨੰਬਰ ਦੀ ਗੇਮ ਆ, 17 ਦੀ ਕਿਉਂ ਨਹੀਂ, 17 ਦੀ ਆ ਬਾਈ ਹੁੰਦਾ ਸਹੀ ਗੱਲ ਆ ਤੇ। 17 ਦੀ ਹੈ ਵੀਰੇ ਮੇਰੇ ਖਿਆਲ ਚ, ਨਹੀਂ 27 ਨਹੀਂ ਆਇਆ ਜਾਣਾ ਸੰਗਰ ਲਾਲਦੀਪ, 28 ਨੂੰ ਨਹੀਂ ਆਇਆ ਜਾਣਾ ਵੀਰੇ। ਲੈ ਵੀ ਬਹੁਤ ਬਹੁਤ ਧੰਨਵਾਦ ਆ ਪਾਸ਼ ਦੁਬਈ ਵਾਲਾ, ਉਹ ਵੀ ਸਾਡਾ ਵੀਰ ਚੇਚੇ ਤੌਰ ਤੇ ਆ ਗਿਆ ਆਪਣੇ ਕੋਲ, ਗੁਰੀ ਗਾਲੀ ਵਾਲੇ ਨਾਲ ਦੱਸ ਦੇ ਵੀਰੇ, ਰਾਜਦੀਪ ਬਾਬੂ ਨਾਲ ਵਾਲਾ ਤਾਂ ਨਾਮਾ ਦੁਬਈ ਵਾਲੇ, ਕਹਿੰਦੇ ਸ਼ੇਖ ਵੀ ਆ ਗਏ ਆਪਣੇ ਕੋਲ, ਬਹੁਤ ਬਹੁਤ ਧੰਨਵਾਦ ਭਰਾ ਪਵਨ ਸਿੰਘ, ਵਧੀਆ ਵਧੀਆ ਵੀਰੇ। ਲੈ ਵੀ 15 ਤੇ 14 ਨੂੰ ਗੁਲਾਬੇ ਵਾਲਾ ਟੂਰਨਾਮੈਂਟ ਬੋਲੀ, 9 ਮਾਰਚ ਔਰ 9 ਮਾਰਚ ਆ ਜਿਹੜੀ ਗੁਲਾਬੇ ਵਾਲੇ ਵੱਡੇ ਕੱਪ ਦੀ ਹੈ, 9 ਮਾਰਚ ਨੂੰ ਕਹਿੰਦੇ ਗੁਲਾਬਿਆਂ ਦੀ ਧਰਤੀ ਤੇ ਗੁਰਨਾਜ ਕੈਂਪ ਵੱਡਾ ਕੱਪ ਕਰਵਾਇਆ ਜਾਣਾ ਹੈ। ਗੁਰਨਾਜ ਕੈਂਪ ਵੀਰ ਧਾਲੀਵਾਲ ਨਹੀਂ ਆਇਆ ਵੀਰੇ, ਗੁੱਪਾਮਾਨ ਗੁਲਾਬਿਆਂ ਦੀ ਧਰਤੀ ਹੈ, ਗੁਰੀ ਕਾਲੀਆਲ ਦੀ ਟੀਮ ਪਹੁੰਚੇ ਵੀਰੇ, ਗੁਰੀ ਕਾਲੀਆਲ ਦੀ ਟੀਮ ਦੇ ਖਿਡਾਰੀ ਜੰਦੀ ਦੇ ਨਾਲ ਬਰਾਬਰ ਹੋ ਗਏ ਮੇਰੇ ਖਿਆਲ ਚ, ਇਹਨਾਂ ਵੀਰਾਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ। ਹੈਪੀ ਕਾਂਗ ਕਬੱਡੀ ਖਿਡਾਰੀ, ਓਕੇ ਓਕੇ ਇਕਬਾਲ ਤੇ ਨਾਲ ਕਾਂਗਣਾ ਜਰੂਰ ਜਰੂਰ ਵੀਰੇ, ਭਰਾਵਾਂ ਦਾ ਵੀ ਅੱਜ ਦੇ ਇਕਬਾਲ ਗੋਣਿਆਣਾ ਪਹੁੰਚਣ ਦੇ ਮੈਂ ਤੇ ਚੇਚੇ ਤਰ ਦੇ ਧੰਨਵਾਦ ਕਰਾਂਗਾ। ਬਾਈ ਜੀ ਆ ਜਾਓ ਜਲਦੀ ਦੇ ਨਾਲ ਗਰਾਊਂਡ ਨੰਬਰ 1 ਦੇ ਵਿੱਚ ਵੀਰੇ, ਓਕੇ ਓਕੇ ਪਿੰਦਰ ਖੰਜਰਾਲ, ਗੁਰੀ ਕਾਲੀਆਲ ਦੀ ਟੀਮ ਆ ਗਈ ਹੈ, ਬੋਦੀਆਲ ਦੀ ਟੀਮ ਪਹਿਲਾਂ, ਓਕੇ ਓਕੇ ਸਹੀ ਹੈ ਪਿੰਦਰ, ਖੇਡ ਕੇ ਵੀਰੇ ਆ ਜਾਓ ਮੇਰਾ ਵੀਰ ਬਣ ਕੇ। ਜੁੱਪਾ ਧਾਲੀਵਾਲ ਵਧੀਆ ਵਧੀਆ ਅਰਮਾਨ ਬਾਈ, ਮੇਰੀ ਬੇਨਤੀ ਹੈ ਜ਼ਿਆਦਾ ਸਮਾਂ ਆਪਾਂ ਲਾਈਏ, ਔਰ ਜਿਹੜੀ ਟੀਮ ਲਖਵਿੰਦਰ ਸਿੱਧੂ ਓਕੇ ਓਕੇ, ਇਹ ਮੈਚ ਵੀਰੇ ਨੱਥੂ ਵਾਲਾ ਗਰਭੀ ਦੀ ਟੀਮ ਦੇ ਨਾਲ ਖੇਡਿਆ ਜਾਣਾ ਹੈ, ਬਹੁਤ ਵਧੀਆ ਮੈਚ ਹੋਊਗਾ।
ਰਵਿੰਦਰ ਖੰਜਰਾਲ ਕਹਿੰਦਾ ਨਿੱਕੇ ਕੇ ਲਖਵੀਰ ਦਾ ਸਨਮਾਨ ਕਰਾਂਗੇ ਆਪਾਂ ਜੇ ਜੇ ਦੇ ਤਵਾਸੀਆਂ ਵਾਲੇ ਪੱਟੀਆਂ ਵਾਲੇ ਨਿੱਕੇ ਕੇ ਲਖਵੀਰ ਦਾ ਸਨਮਾਨ ਠੀਕ ਹੈ ਜੀ ਨਾਲ ਹੀ ਪਿੰਦਰ ਖਰਿਆਲਾ ਕਿਹੜਾ ਘੋਖਾ ਖੰਜਰਵਾਲ ਖੰਜਰਵਾਲ ਪਿੰਦਰ ਖੰਜਰਵਾਲ ਪਿੰਦਰ ਖੰਜਰਵਾਲ ਪਿੰਦਰ ਖੰਜਰਵਾਲ ਕਹਿੰਦਾ ਵੀ ਆਪਾਂ ਨਿੱਕੇ ਕੇ ਲਖਵੀਰ ਦਾ ਮਾਣ ਕਰਾਂਗੇ ਜੇਕਰ ਆ ਚੱਲਦੇ ਹੋਏ ਮੈਚ ਦੇ ਵਿੱਚ ਜਿੱਤੂ ਰਹਿੰਦੀ ਹੈ ਟੀਮ ਪੱਟੀਆਂ ਦੀ ਤੇ ਨਿੱਕੇ ਕੇ ਲਖਵੀਰ ਦਾ ਮਾਣ ਸਨਮਾਨ ਜਿਹੜਾ ਵੱਡਾ ਕੀਤਾ ਜਾਊਗਾ ਪਰ 14 ਤੇ 15 ਬਿਲਕੁਲ ਬਰਾਬਰੀ ਦੇ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਵੀ ਇੱਕ ਬੰਦਾ ਜਦ ਰੱਖਦੀ ਹੱਥ ਤੇਰੇ ਮੋਢੇ ਤੇ ਸੱਜਾ ਗੋਡਾ ਰੱਖ ਮੋਢੇ ਤੇ ਜੇ ਤੈਨੂੰ ਰਾਹ ਆਉਂਦੇ ਰੂਨਾ ਸਾਰਿਆ ਤੇ ਤੂੰ ਤੇਰੀ ਹਿੱਕ ਤੇ ਦੀਵਾ ਨਾ ਬਾਲਿਆ ਤੇ ਤੂੰ ਕੀ ਜਾਣੇਗਾ ਤੇਰੀ ਹਿੱਕ ਤੇ ਦੀਵਾ ਪਰ ਹੁਣ ਕੌਣ ਆਪਦੀ ਆਈ ਡੀ ਤੋਂ ਦੀਵਾ ਇਹ ਤੇ ਕਦੇ ਸਮੇਂ ਨੇ ਫੈਸਲੇ ਕਰਨੇ ਉਧਰ 14 ਤੇ ਇਧਰ 15 14 ਤੋਂ 15 ਹੁਣ ਕੌਣ ਕਰਦਾ 15-15 ਦੀ ਜੇ ਬਰਾਬਰੀ ਹੋ ਗਈ ਤੇ ਫਿਰ ਆਪਾਂ ਨੂੰ ਵੀ ਹੈ ਆਪਾਂ ਤੇ ਆਈ ਨਜ਼ਾਰਾ ਲੈਣਾ ਸਵਾਦ ਵਜਿਆ ਪਿਆ ਕਹਿੰਦੇ ਵੱਡਾ ਕਾਪਾ ਚੰਦਬਾਜੀ ਵਾਲਾ ਕਿੱਦਾਂ ਬਾਲਾ ਤੇਜ਼ੀ ਤੇ ਉਹ ਬਾਲਾ ਤੇਜ਼ੀ ਤੇ ਲਾਉਣ ਨੂੰ ਫਿਰਦਾ ਪਰ ਤੇਜ਼ੀ ਦੇ ਚਾਰ ਚ ਫਿਰਿਓ ਕਹਿੰਦੇ ਕਵਰ ਕਰੀ ਫਿਰਦੇ ਮੁੰਡੇ ਉਹ ਕਹਿੰਦੇ ਭੱਟੀਆਂ ਵਾਲਾ ਦਾ ਡਿਫੈਂਸ ਬੜਾ ਮੰਨਿਆ ਪਰ ਮੰਨਿਆ ਪਰ ਜਿਹੜੇ ਕੰਮ ਨੂੰ ਸੱਦਿਆ ਉਹ ਕੰਮ ਹਾਲੇ ਤੱਕ ਕੀਤਾ ਨੀ ਉਹ ਕੰਮ ਹੁਣ ਕਰਕੇ ਦਿਖਾਉਣਾ ਪਊਗਾ ਵੀ ਕਦੇ ਨਾ ਗਰਾਊਂਡ ਚ ਮੇਧਿਆਂ ਚ ਸਿੱਟਣੇ ਜੇ ਚੌਲ ਤੇ ਕੜੀ ਤੇ ਉਹਨਾਂ ਕੀ ਜ਼ਰੂਰ ਜ਼ਰੂਰ ਕਮੈਂਟ ਕਰ ਤੁਮੜਾ ਵੇਖ ਰਹੇ ਹੋ ਉਹ ਜਿੰਨੇ ਵੀ ਸਰਾਬੇ ਦੀ ਇੱਕੋ ਮਿੰਟ ਕਰ ਤਾ ਪੜੀ ਤੇ ਢਿੱਲੋ ਟਾਵੇਂ ਪੈਰ ਛੱਡਦੇ ਨਿਸ਼ਾਨ ਜਿੱਤਦੇ ਨਲੂਏ ਦੇ ਚੇਲੇ ਅਫਗਾਨ ਜਿੱਤਦੇ ਤੇ ਟਰੂਆਂ ਦੇ ਨਾਨਕੇ ਉਧਰ ਦੱਸਦਾ ਮੈਂ ਵੀਰੇ ਦੱਸਦਾ ਮੁੰਨਾ ਲਾਈਵ ਕਰੀ ਜਾਂਦਾ ਆਪਦੀ ਆਈਡੀ ਤੋਂ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨਹੀਂ ਹੁੰਦੇ ਆਹ ਲਿਮਟਾਂ ਦੇ ਚੱਕੀਆਂ ਦਾ ਜਾਣ ਰੱਖਾਂ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨਹੀਂ ਹੁੰਦੇ ਓਏ 15 ਹੋ ਗਏ ਤੇ ਬਾਈ ਹੁਣ ਤਾੜੀ ਬਾਰੇ ਕੀ ਖਿਆਲ ਆ ਲਵਦੀਪ ਮੈਚ ਪੱਟ ਲੈਂਦਾ ਲਵਦੀਪ ਵੀਰੇ ਕਾਲੀ ਵਾਲਾ ਗੁਰੀ ਦੀ ਟੀਮ ਆ ਗਈ ਜੀ ਪਵਨ ਸਿੰਘ ਬਾਈ ਮਾੜਾ ਵੇਟ ਕਰਿਓ ਓਕੇ 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 ਪੋਦੀ ਵਾਲੀ ਟੀਮ ਨਾਮੇ ਕਰਾ ਕੇ ਕੋਈ ਨਾ ਕੋਈ ਚੱਕਰ ਨਹੀਂ ਗੋਰਾ ਬੰਦ ਡੋਡ ਬਹੁਤ ਧੰਨਵਾਦ ਗੋਰੇ ਬਾਈ ਕੀ ਹਾਲ ਚਾਲ ਧੰਨਵਾਦ ਧੰਨਵਾਦ ਵੀਰੇ ਸਾਕਸ਼ਮ ਦੀ ਹਰੇਕ ਮੈਚ 200 ਦੀ ਕਿਰਤ ਟਾਲੀ ਵਾਲਾ ਨਾ ਦੀ ਉੱਧਰ ਕਿਰਤ ਟਾਲੀ ਵਾਲਾ ਕਹਿੰਦਾ ਵੀ ਸਾਕਸ਼ਮ ਦੀ ਹਰ ਇੱਕ ਸਮੈਚ ਦਾ ਜਿਹੜਾ 200 ਦੇਵਾਂਗੇ ਆਪਾਂ ਪਵਨ ਸਿੰਘ ਪਿੰਡ ਦਾ ਕਹਿੰਦੇ ਕਿਰਤ ਵੀ ਜੁੜਿਆ ਹੋਇਆ ਹੈ ਔਰ ਸਾਕਸ਼ਮ ਸਮੈਚ ਜਿਹੜੀ ਜਿੰਨੀ ਵੀ ਲਾਵੇ ਤੇ ਉਹਨੇ 200 ਦੇ ਨਾਲ ਵੱਡੇ ਮਾਣ ਹੋਣਗੇ ਪਵਨ ਸਿੰਘ ਬੋਦੀ ਵਾਲ ਦੀ ਟੀਮ ਪਹੁੰਚ ਜਾਵੇ ਜਲਦੀ ਦੇ ਨਾਲ ਬੋਦੀ ਅਮਰ ਬੁੰਗੀ ਵਾਲਾ ਪੰਜਾਬ ਪੁਲਿਸ ਭਰਤੀ ਹੋਵੇ ਤਰਸੇਮ ਗੰਗਾਨਗਰ ਦਾ ਤੇ ਸਿੱਧੂ ਦਾ ਸਨਮਾਨ ਕਰਾਂਗੇ ਪਵਨ ਸਿੰਘ ਬਾਈ ਕਹਿੰਦਾ ਪਵਨ ਥਿੰਦ ਅਮਨ ਬੁੰਗੀ ਪਵਨ ਥਿੰਦ ਕਹਿੰਦਾ ਵੀ ਅਮਨ ਪੁਲਿਸ ਦੀ ਭਰਤੀ ਹੋਵੇ ਸਿੱਧੂ ਦਾ ਤੇ ਤਰਸੇਮ ਦਾ ਸਨਮਾਨ ਨਾਲ ਦੀ ਉਧਰ ਬਹੁਤ ਵੱਡਾ ਧੰਨਵਾਦ ਆ ਅਮਨ ਛੱਲਾ ਯੂਕੇ
ਬਹੁਤ ਵੱਡਾ ਧੰਨਵਾਦ ਆ ਸਾਡੇ ਭਰਾ ਦਾ, ਉਹ ਵੀ ਲਾਈਵ ਤੇ ਆ ਗਿਆ ਹੈ ਆਪਣੀ ਮਿੱਤਰ ਬਿਲਕੁਲ ਵੀ ਜੁੜਿਆ ਬੈਠਾ ਤਾਰਾ ਸਿੱਧੀਆਂ ਔਰ ਭਰਾ ਸਾਡੇ ਦੀ ਕਹਿੰਦੇ ਵੱਡੀ ਸਪੋਰਟ ਅੱਜ ਦੇ ਵੱਡੇ ਕੰਮ ਦੇ ਲਈ ਹੈ। ਲੈ ਵੀ ਆਪਣੇ ਦੇਖ ਲੈ ਨਜ਼ਾਰਾ ਵੱਜਿਆ ਪਿਆ 15-15 ਦੀ ਬਰਾਬਰੀ ਹੈ। ਉਧਰ ਪਵਨ ਸਿੰਘ ਸਾਡਾ ਵੀਰ ਕਹਿ ਰਿਹਾ ਵੀ ਜੇ ਅਮਨ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਜਾਵੇ ਤੇ ਸਿੱਧੂ ਦਾ ਤੇ ਤਰਸੇਮ ਦਾ ਸਨਮਾਨ ਜਿਹੜਾ ਆਪਾਂ ਵੱਡਾ ਕਰਨਾ ਹੈ। ਬਹੁਤ ਵੱਡਾ ਧੰਨਵਾਦ ਮਨੂ ਸੰਧੂ, ਗੋਪੀ ਬਾਬਾ, ਹਰੀਕੇ ਪੱਤਣ, ਬਹੁਤ ਬਹੁਤ ਧੰਨਵਾਦ। ਉਦੇਸ਼ ਬਰਾੜ, ਥੈਂਕ ਯੂ ਬਾਈ। ਗੋਰਾ ਬਾਂਦਰ ਡੋੜ ਬਾਈ, ਗੋਰੇ ਬਾਈ ਕੀ ਹਾਲ ਚਾਲ। ਹਰਜੀਤ ਚਹਿਲ, ਬਹੁਤ ਬਹੁਤ ਧੰਨਵਾਦ ਹਰਜੀਤ। ਲਵੀ ਲਾਓ ਯਾਰ ਰੈਫਰੀ ਵੀਰੇ, ਹੁਣ ਤੇ ਆਪਾਂ ਨੂੰ ਆਪ ਹੀ ਕਰਨਾ ਪਊਗਾ ਕਸ਼ਟ ਬਾਈ, ਥੋੜਾ ਸਮਝੋ ਜ਼ਿੰਮੇਵਾਰੀ, ਨਹੀਂ ਆਪਣੇ ਗਰਾਊਂਡ ਰੁਕ ਜਾਣਗੇ ਬਾਈ। ਦੋਨਾਂ ਗਰਾਊਂਡਾਂ ਤੇ ਰੈਫਰੀ ਲਾਓ ਜੀ। ਚੇਂਜ ਆ ਬਾਈ, 15-15 ਚੇਂਜ। ਵਧੀਆ ਵਧੀਆ ਸਰਾਵਾਂ ਵਾਲਿਓ, ਕੀ ਹਾਲ ਆ ਖੁਸ਼ ਕਰਨ। ਤੇਜਾ ਬੜੈਂਚ, ਹਰਜੀਤ ਚਹਿਲ, ਹਨੀ, ਵਧੀਆ ਵਧੀਆ ਵੀਰੇ। ਪਵਨ ਸਿੰਘ, ਬਹੁਤ ਧੰਨਵਾਦ ਸਾਰੇ ਭਰਾਵਾਂ ਦਾ। ਅਮਨ ਸਿੱਖੋਂ, ਸ਼ੁਕਰੀਆ ਬਾਈ। ਦਵਿੰਦਰ ਬਰਾੜ ਕਲੱਬ ਯੂਐਸ ਦੀ ਟੀਮ, ਬਿਨਾਂ ਕਿਸੇ ਦੇਰੀ ਤੋਂ ਮੁੰਡੇ ਆ ਜਾਣ ਮੇਰਾ ਵੀਰ। ਅਰਸ਼ ਕੰਗ, ਬਹੁਤ ਬਹੁਤ ਧੰਨਵਾਦ ਅਰਸ਼, ਥੈਂਕ ਯੂ ਬਾਈ। ਪੁਆਇੰਟ 15-15 ਬਾਈ, ਅਰਸ਼ ਰਾਏ, ਲੱਖਾ ਗਿੱਲ, ਬੀਬੀ ਡੋਡ, ਇੱਧਰ ਪੱਟੀਆਂ ਵਾਲੇ ਮੁੰਡੇ ਲੱਖੇ, ਉੱਧਰ ਫਰੋਸ਼ਾ ਵੀ, 15-15 ਪੁਆਇੰਟ। ਇੱਕ ਤੇ ਮੈਂ ਤੈਨੂੰ ਦੱਸ ਕੇ ਹਟਿਆ ਮੇਰਾ ਵੀਰ ਲਵਪ੍ਰੀਤ, ਮੁੰਨਾ ਦੀ ਆਈਡੀ ਤੋਂ ਕਰੀ ਜਾਂਦਾ ਵੀਰੇ ਲਾਈਵ, ਮੁੰਨਾ ਤਰਖਾਣ ਵਾਲਾ ਆਈਡੀ ਤੋਂ ਕਰੀ ਜਾਂਦਾ ਲਾਈਵ ਇਧਰ। ਕਿੰਨਾ ਵੀ ਮੇਰੇ ਵੀਰ ਦੱਸਿਆ ਯਾਰ, ਮੇਰਾ ਭਰਾ ਨੰਬਰ 16 ਦੀ ਸੁੱਖ ਸੇਖੋਂ, ਬਹੁਤ ਬਹੁਤ ਧੰਨਵਾਦ ਸੁੱਖ ਸੇਖੋਂ। ਇੱਕ ਵੱਡੀ ਟੀਮ ਇਧਰਲੇ ਪਾਸੇ ਔਰ ਉਧਰਲੇ ਪਾਸੇ ਫਰੈਂਡਸ ਕਲੱਬ ਯੂਐਸਏ ਆਸਟ੍ਰੇਲੀਆ ਦੀ ਟੀਮ ਹੈ, ਫਰੋਸ਼ਾ ਦੀ ਬੀ ਟੀਮ ਦਾ ਕਹਿੰਦੇ ਸਿੱਕਾ ਚੱਲਦਾ ਪੰਜਾਬ ਹਰਿਆਣੇ ਦੇ ਰਾਜਸਥਾਨ, ਔਰ ਜਿੱਥੇ ਜਿੱਥੇ ਬਾਂਦੀਵਾਲ ਹੁੰਦੀ ਹੈ ਤੇ ਬੀ ਵਾਲੇ ਮੁੰਡਿਆਂ ਦੀ ਕਹਿੰਦੇ ਮੰਗ ਵੱਡੀ ਹੁੰਦੀ ਹੈ। ਇੱਧਰ 15-15 ਜਿਹੜੀ ਟੀਮ ਗਿਆ ਤੇ ਹੌਸਲਾ ਕਹਿੰਦੇ ਵੱਡਾ ਹੋ ਜਾਣਾ, ਵੀ ਜੇ ਜਿਗਰਾ ਹੈ ਨੀ ਤਾਂ ਕੀ ਕਰਦੇ ਜਿਸਮ ਹੱਟੇ ਦੇ ਖੱਟੇ, ਉਹ ਕਾਮਯਾਬ ਨਹੀਂ ਹੁੰਦਾ ਬਈ ਜਿਹੜੇ ਜਿਹੜੇ ਲਾਉਂਦੇ ਰੱਟੇ ਤੇ ਕਾਗਜ਼ ਵੀ ਖੁਦ ਨਹੀਂ ਫਟਦਾ, ਲਿਖ ਲਿਖ ਕੇ ਉਸ ਨੂੰ ਫਾੜਨਾ ਪੈਂਦਾ ਏ। ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ, ਔਰ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ, ਵੱਡੀ ਤਪੱਸਿਆ ਕਰਨੀ ਪੈਂਦੀ ਹੈ, ਔਰ ਘਾਲਣਾ ਘਾਲਣੀ ਪੈਂਦੀ ਹੈ, ਫਿਰ ਕਿਤੇ ਜਸਪੀ ਸੋਲ ਹਸੀ ਵੀਰੇ, ਜਸਪੀ ਸੋਲ
ਗੁਰਮੇਲ ਗਿੱਲ, ਸੁੱਖ ਤੂਰ, ਰਾਜਵਿੰਦਰ ਪੁੱਟਰ ਸੇਮਾ ਚੁੱਕਣ ਵਾਲਾ ਉਧਰ ਸੈਂਟਰ ਚ, ਰਵਿੰਦਰ ਪੁੱਟਰ ਪਊਗਾ ਇਹ ਕੱਲਾ ਕੀ ਕਰ ਸਕਦਾ, ਕੱਲਾ ਤੇ ਚੋਰ ਲਾ ਸਕਦਾ ਤੇ ਚੋਰ ਲਾਈ ਬੜਾ ਆਉਂਦਾ, ਆਹ ਪਰ ਹੁਣ ਤੇ ਇੱਕ ਅੱਧਾ ਨੰਬਰ ਜੋੜਨਾ ਪੈਣਾ ਤੁਹਾਨੂੰ ਵੀ, ਆਹ ਬੱਲੇ ਬੱਲੇ ਹੋ ਗਈ ਹੈ, ਹਰ ਜਾ ਪਾਸੇ ਨਿਕਿਆ ਕੋਮਲ ਆਇਆ ਹੋਇਆ ਹੈ, ਹਰ ਜਾ ਪਾਸੇ ਆਹ ਕੋਮਲ ਕਹਿੰਦੇ ਮੁੰਡਾ ਗੜੇਵਾਲ ਪਰਿਵਾਰ ਦਾ ਖੇਡ ਦੇ ਮੈਦਾਨ ਦੇ ਵਿੱਚ ਕੋਸ਼ਿਸ਼ ਤੇ ਕਰ ਰਿਹਾ ਵੀ ਰਹਿ ਕੇ ਨਸ਼ਿਆਂ ਤੋਂ ਦੂਰ ਤੇ ਘਾਲਣੀ ਪੈਂਦੀ ਹੈ ਘਾਲਣਾ ਹੁੰਦਾ ਸਾਲ ਸੋਲਵਾਂ ਸੰਭਾਲਣਾ, ਆਹ ਜਿਹੜੇ ਡਰਦੇ ਹਨੇਰਿਆਂ ਤੋਂ ਘਰ ਬੁੜਾਉਂਦੇ ਹੱਥ ਕੱਖ ਵੀ ਨਹੀਂ ਆਉਂਦਾ, ਬਸ ਰਹਿੰਦੇ ਪਛਤਾਉਂਦੇ ਹੱਥ ਕੱਖ ਵੀ ਨਹੀਂ ਆਉਂਦਾ ਬਸ ਰਹਿੰਦੇ ਪਛਤਾਉਂਦੇ, ਇੱਧਰ 15-15 ਦੀ ਬਰਾਬਰੀ ਦੇ ਮੈਚ ਖੇਡਿਆ ਜਾ ਰਿਹਾ ਚੌਧਰੀ ਸਾਹਿਬ ਮੌਕੇ ਮਿਲ ਜਾਂਦੇ ਹੁੰਦੇ ਸਿੱਧੂ ਨਹੀਂ ਆ ਬਈ ਸਾਹਮਣੇ ਪੈਂਦੇ ਆ ਫੌਜਦਾਰੀ ਕੇਸ ਤੋਂ ਆਖਰੀ ਤਰੀਕ ਸੀ ਤੇ ਬਾਗ ਸੁੱਕ ਕੇ ਪੌੜੇ ਨਾ ਮਾਲੀ ਸੱਜਣਾ ਨੂੰ ਕੈਦ ਮੋੜ ਗਈ ਜੀਪਾਂ ਕਚਹਿਰੀਆਂ ਖਾਲੀ ਕੋਈ ਸੱਜਣਾ ਨੂੰ ਕੈਦ ਮੋੜ ਗਈ ਨੰਬਰ ਲਾਸਟ ਭੱਟੀਆਂ ਨੇ ਕਹਿੰਦੇ ਮੁੰਡੇ ਨੇ ਸਰਵਿਸ ਕਰ ਦਿੱਤੀ ਹੈ ਆ ਪੁਆਇੰਟ ਜੇ ਜੁੜ ਗਿਆ ਤੇ ਕੋਮਲਾ ਔਰ ਰਿਕਾਰਡ ਬਣ ਜਾਣਗੇ ਧੰਨ ਧੰਨ ਹੋ ਜੂਗੀ ਔਰ ਕਹਿੰਦੇ ਵੀਡੀਓ ਕੱਟ ਕੱਟ ਕੇ ਪੈਣਗੇ ਆ ਬੱਲੇ ਮੁੰਡਿਓ ਰਹੀ ਹੁਣ ਤੇ ਨੰਬਰ ਲਾਸਟ ਹੈ ਵੀ ਫੈਸਲੇ ਅਧੂਰੇ ਜੇ ਭੰਗੜੇ ਪੈ ਗਏ ਸਿਰਾਂ ਯਾਰ ਪੱਟੀਆਂ ਵਾਲੇ ਮੁੰਡੇ ਜਿੱਤੇ ਆ ਬਹੁਤ ਸੋਹਣਾ ਫਿਰੋਜ਼ਾ ਬੀ ਵੀ ਬਹੁਤ ਤਕੜਾ ਖੇਡੀ ਠੀਕ ਹੈ ਜੀ ਲੈ ਲੈ ਵੀ ਇੱਧਰ